ਸਿੰਘ ਜੀ ਮਹਾਰਾਜ ਕਹਿੰਦੇ ਜਾਗਤ ਸਰੂਪ ਹੈ, ਉਹ ਜਾਗਦੀ ਜੋਗ ਹੈ, ਉਹਦੇ 'ਚ ਸੌਣਾ ਨਹੀਂ ਹੈ, ਉਸਦੇ 'ਚ ਨਿੰਦਰਾ ਨਹੀਂ ਹੈ, ਉਹਦੇ 'ਚ ਨੀਂਦ ਨਹੀਂ ਹੈ। ਪਰ ਸੰਸਾਰ ਦਾ ਜੀਵਨ ਸੁੱਤਾ ਪਿਆ, ਪੱਥਰ ਬਿਲਕੁਲ ਸੁੱਤੇ ਪਏ ਨੇ, ਇਹ ਬਨਸਪਤੀ ਦਰਖਤ ਇਹ ਸਿਰਫ 2% 2% ਜਾਗੇ ਹੋਏ ਨੇ, ਪਸ਼ੂ ਨੇ ਪਕਸ਼ੀ ਨੇ ਇਹ ਸਿਰਫ 5% ਜਾਗੇ ਹੋਏ ਨੇ, ਮਨੁੱਖ ਸਿਰਫ 8 ਤੋਂ ਲੈ ਕੇ 10% ਜਾਗੇ ਹੋਇਆ। ਪਰਮਾਤਮਾ ਜਾਗਦੀ ਜੋ ਪਰ ਸਾਰਾ ਬ੍ਰਹਿਮੰਡ ਸੋ ਰਿਹਾ। ਹੁਣ ਸੁੱਤੇ ਹੋਏ ਦਾ ਅਤੇ ਜਾਗੇ ਹੋਏ ਦਾ ਮਿਲਣ ਕਿਸ ਤਰ੍ਹਾਂ ਹੋਇਆ? ਮਹਾਰਾਜ ਕਹਿੰਦੇ ਨੇ ਧਨ ਸੋਤੀ ਫਿਰ ਸਦ ਜਾਗਦਾ। ਪਰਮਾਤਮਾ ਸਦਾ ਜਾਗਿਆ ਹੋਇਆ, ਮਨੁੱਖ ਦੀ ਜੀਵਨ ਚੇਤਨਾ ਸਦਾ ਸੁੱਤੀ ਹੋਈ। ਇਹ ਕੀਰਤਨ, ਇਹ ਕਥਾ, ਇਹ ਪਾਠ, ਇਹ ਵਾਹਿਗੁਰੂ ਮੰਤਰ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਹੈ, ਤਾਂ ਕਿ ਉਸ ਜਾਗੇ ਹੋਏ ਦਾ ਪਤਾ ਚੱਲ ਜਾਏ। ਜਿਤਨੇ ਅਸੀਂ ਜਾਗਦੇ ਜਾਵਾਂਗੇ ਉਤਨਾ ਹੀ ਉਸ ਦਾ ਪਤਾ ਚੱਲੇਗਾ। ਤੋ ਜਾਗਦੇ ਹੋਏ ਦਾ ਜਪ ਹੀ ਜਗਾਏਗਾ, ਸੁੱਤੇ ਹੋਏ ਦਾ ਜਪ ਨਹੀਂ ਜਗਾਏਗਾ। ਪਰਮਾਤਮਾ ਜਾਗਦੀ ਜੋਤ ਹੈ। ਤੋ ਸਾਹਿਬ ਕਹਿੰਦੇ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾਨ। ਜਦ ਜਪਣ ਲੱਗੇ ਤੇ ਅੰਦਰ ਭਾਵ ਸਿਰਫ ਇਤਨਾ ਹੀ ਹੋਵੇ, ਇੱਕ ਉਸਨੂੰ ਸੁਣਨਾ, ਉਹ ਜਿਹੜੀ ਇੱਕ ਧੁਨ ਉਚਾਰਨ ਹੋ ਰਹੀ ਹੈ, ਵਾਹਿਗੁਰੂ ਵਾਹਿਗੁਰੂ, ਏਕ ਬਿਨਾ ਮਨ ਨੈਕ, ਮਨ ਵਿੱਚ ਦੂਜਾ ਖਿਆਲ ਨਾ ਆਉਣ ਦੇ, ਮਨ ਸੁਣੇ। ਹੁਣ ਮੈਂ ਅਰਜ਼ ਕਰਾਂ, ਬੁਨਿਆਦੀ ਤੱਤ ਤੁਹਾਡੇ ਸਾਹਮਣੇ ਰੱਖ ਦੇਈਏ। ਮਨ ਸਰੋਤਾ ਬਣੇ, ਜ਼ਬਾਨ ਵਕਤਾ ਬਣੇ, ਆਪ ਕਥੇ ਆਪ ਸੁਣਨੇ ਹਾਰ, ਬੜੀ ਕੀਮਤੀ ਪੰਕਤੀ, ਕਥਨ ਆਪ ਕਰੇ ਵਾਹਿਗੁਰੂ ਵਾਹਿਗੁਰੂ, ਸੁਣਨ ਦੂਜੇ ਨਹੀਂ, ਸੁਣੇ ਵੀ ਖੁਦ, ਆਪ ਕਥੇ ਆਪ ਸੁਣਨੇ ਹਾਰ। ਮਨੁੱਖ ਕਥਨ ਹਾਰ ਬਣ ਜਾਂਦਾ, ਸੁਣਨ ਹਾਰ ਨਹੀਂ ਬਣਦਾ। ਇਸ ਨੂੰ ਮੈਂ ਜਿਸ ਤਰ੍ਹਾਂ ਬਿਆਨ ਕਰਦਾ ਹੁੰਦਾ, ਖੋਲ ਰਿਹਾ, ਮੈਂ ਰੋਟੀ ਪਕਾ ਲਵਾਂ, ਮੈਂ ਰੋਟੀ ਕਮਾ ਲਵਾਂ, ਪਰ ਮੈਂ ਰੋਟੀ ਖਾਵਾਂ ਨਾ, ਕਿ ਮੇਰੀ ਭੁੱਖ ਮਿਟੇਗੀ, ਤੁਹਾਡੀ ਭੁੱਖ ਮਿਟੇਗੀ? ਗੁਰਦੁਆਰੇ ਆਉਣਾ, ਕਥਾ ਕੀਰਤਨ ਸੁਣਨਾ, ਸੇਵਾ ਕਰਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਰੋਟੀ ਕਮਾਉਣਾ, ਰੋਟੀ ਪਕਾਉਣਾ। ਅਗਰ ਮਨ ਸੁਣਨ ਲੱਗ ਪਿਆ ਤਾਂ ਇਹ ਖਾਣਾ ਹੈ, ਇਹ ਖਾਣਾ ਹੈ। ਇੱਕ ਦਫ਼ਾ ਮੈਂ ਫਿਰ ਦੁਹਰਾਵਾਂ, ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ, ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਸਰਵਨੰ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਜ਼ਬਾਨ ਗਾਇਨ ਕਰੇ ਮਨ ਸੁਣੇ। ਜ਼ਬਾਨ ਗਾਇਨ ਸਾਰਿਆਂ ਦੀ ਕਰਨ ਲੱਗ ਪੈਂਦੀ ਹੈ, ਮਨ ਨਹੀਂ ਸੁਣਦਾ, ਮਨ ਨਹੀਂ ਸੁਣਦਾ, ਮਨ ਸਰੋਤਾ ਨਹੀਂ ਬਣਦਾ।
ਸ਼ਾਇਦ ਮੈਂ ਆਪ ਜੀ ਦੇ ਸਾਹਮਣੇ ਸੁਰਤ ਦੇ ਅਰਥ ਰੱਖੇ ਨੇ ਕਿ ਨਹੀਂ। ਸੁਰਤ ਸੁਰਤ ਦੇ ਤਿੰਨ ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਵੀ ਇਹ ਤੇ ਸੁਰਤ ਦੇ ਚ ਹੈ, ਸਰੋਤਾ, ਸਰੋਤੇ ਤੋਂ ਸੁਰਤ ਸ਼ਬਦ ਬਣਿਆ। ਇਹ ਤੇ ਸਰੋਤਾ ਹੈ, ਇਹ ਤੇ ਸੁਰਤ ਦੇ ਚ ਹੈ। ਅਗਰ ਇਹ ਸੁਰਤ ਦੇ ਚ ਹੈ ਤਾਂ ਇਹਨੂੰ ਸੁਰਤ ਆ ਜਾਏਗੀ, ਸਮਝ ਆ ਜਾਏਗੀ। ਅਗਰ ਇਹਨੂੰ ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ, ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਸਰੋਤਾ ਹੋਣਾ ਬਹੁਤ ਔਖਾ। ਅਗਰ ਸਰੋਤਾ ਹੋਣਾ ਆ ਜਾਏ ਮਨੁੱਖ ਨੂੰ, ਖੇਡ ਬਣ ਗਈ, ਖੇਡ ਬਣ ਗਈ। ਸਾਰੇ ਕੰਮ ਮਨੁੱਖ ਧਾਰਮਿਕ ਕਰ ਲੈਂਦਾ, ਮਨ ਸਰੋਤਾ ਨਹੀਂ ਬਣਦਾ। ਕਿਉਂ? ਮਨ ਹਰ ਵਕਤ ਬੋਲਦਾ, ਬੋਲੀ ਜਾਂਦਾ, ਵਕਤਾ। ਜ਼ਬਾਨ ਵੀ ਵਕਤਾ ਬਣੇ, ਮਨ ਵੀ ਵਕਤਾ ਬਣੇ। ਜ਼ਬਾਨ ਵੀ ਬੋਲੇ, ਮਨ ਵੀ ਬੋਲੇ, ਫਿਰ ਸੁਣੇ ਕੌਣ? ਕੌਣ ਸੁਣੇ? ਔਰ ਇਹ ਮਨ ਜਿਹੜਾ ਬੋਲਦਾ, ਇਹ ਨੀਂਦ ਦੇ ਜਿਵੇਂ ਮਨੁੱਖ ਬੋਲਦਾ ਨਾ, ਇਸ ਤਰ੍ਹਾਂ ਸੁੱਤਿਆ ਹੋਇਆ ਮਨ ਬੋਲੇ। ਮਨ ਸੋਇਆ ਮਾਇਆ ਬਿਸਮਾ। ਤੂੰ ਨੀਂਦ ਦੇ ਜਿਹੜਾ ਬੋਲਣਾ ਹੁੰਦਾ, ਬੜਬੜਾਣਾ ਹੀ ਹੁੰਦਾ। ਯਕੀਨ ਜਾਣੋ, ਅਗਰ ਕਿਸੇ ਦਿਨ ਥੋੜ੍ਹਾ ਜਿਹਾ ਧਿਆਨ ਅੰਦਰ ਜਾਏ ਵੀ ਮਨ ਵਿੱਚ ਕਿਹੜੇ ਕਿਹੜੇ ਪੁਰਨੇ ਜਾਗਦੇ ਨੇ, ਕੀ ਬੋਲਦੇ, ਸਭ ਵਿਅਰਥ, ਸਭ ਫਿਜ਼ੂਲ। ਉਹ ਸਾਰਾ ਬੋਲਣਾ ਇਸ ਤਰ੍ਹਾਂ ਜਿਵੇਂ ਨੀਂਦ ਵਿੱਚ ਬੋਲਣਾ। ਕਹਿੰਦੇ ਨੇ ਕੁੰਭਕਰਨ ਰਾਵਣ ਦਾ ਵਿਰਾ 6 ਮਹੀਨੇ ਸੌਂਦਾ ਸੀ ਔਰ 6 ਮਹੀਨੇ ਜਾਗਦਾ ਸੀ। ਬੜੀ ਲੰਬੀ ਨੀਂਦ। ਰਾਵਣ ਨੂੰ ਕਿਧਰੇ ਲੋੜ ਪੈ ਜਾਏ ਨਾ ਆਪਣੇ ਵਿਰਾ ਦੀ ਜੰਗ ਵਿੱਚ, ਕਿਉਂਕਿ ਲੜਾਕ ਬੜਾ ਸੀ, ਬਹਾਦਰ ਬੜਾ ਸੀ, ਕੁੰਭਕਰਨ ਸੂਰਵੀਰ ਬੜਾ ਸੀ। ਜਦ ਲੋੜ ਪੈ ਜਾਏ ਤਾਂ ਆਲੇ ਦੁਆਲੇ 10 ਨਗਾਰਚੀ 10 ਨਗਾਰੇ ਉਹਨੂੰ ਵਜਾਉਣ ਵਾਲੇ ਵਜਾਉਂਦੇ ਸਨ ਲਗਾਤਾਰ। ਔਰ ਇੰਝ ਕਹਿ ਲਓ 1 ਪੈਰ 2 ਪੈਰ 3-4 ਘੰਟੇ 5-6 ਘੰਟੇ ਲਗਾਤਾਰ ਵਜਾਉਂਦੇ ਸਨ, ਤਾਂ ਕਿਧਰ ਉਹਦੀ ਨੀਂਦ ਟੁੱਟਦੀ ਸੀ, ਉਂਝ ਨਹੀਂ ਟੁੱਟਦੀ ਸੀ। ਹੁਣ ਮੈਂ ਅਰਜ਼ ਕਰਾਂ, ਉਹ ਕੁੰਭਕਰਨ 6 ਮਹੀਨੇ ਸੌਂਦਾ ਸੀ, ਮਨ ਅਨੰਤ ਜਨਮਾਂ ਦਾ ਸੁੱਤਾ ਪਿਆ, ਪੱਕਾ ਕੁੰਭਕਰਨ। ਕੁੰਭਕਰਨ ਦਾ ਵੀ ਪਿਓ ਪਤਾ ਨਹੀਂ ਕਿਤਨੇ ਜਨਮਾਂ ਦਾ ਸੁੱਤਾ ਪਿਆ। ਕੀਰਤਨ ਹੁੰਦਾ ਇਹ ਜਾਗਦਾ ਨਹੀਂ, ਪਾਠ ਕਰਦੇ ਹਾਂ ਇਹ ਜਾਗਦਾ ਨਹੀਂ, ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਜਾਗਦਾ ਨਹੀਂ, ਸੁਣਦਾ ਹੀ ਨਹੀਂ, ਜਾਗੇ ਤੇ ਸੁਣੇ, ਜਾਗਦਾ ਹੀ ਨਹੀਂ। ਔਰ ਜਿਸ ਦਿਨ ਜਾਗਦਾ ਉਸ ਦਿਨ ਪਤਾ ਚੱਲਦਾ ਹੈ ਕਿ ਕਈ ਜਨਮਾਂ ਤੋਂ ਸੁੱਤਾ ਹੋਇਆ ਸੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇੱਥੇ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਚੇਤਨਾ ਜਾਗੀ, ਸੁੱਤੀ ਹੋਈ ਸੁਰਤ ਜਾਗੀ, ਸੁੱਤੀ ਹੋਈ ਬੁੱਧ ਜਾਗੀ ਤੇ ਸੁੱਤੀ ਪਈ ਸੀ ਅਨੰਤ ਜਨਮਾਂ। ਹੁਣ ਮੈਂ ਅਰਜ਼ ਕਰਾਂ, ਅਗਰ ਜੀਵਨ ਚੇਤਨਾ ਸੁੱਤੀ ਪਈ ਹੈ ਤਾਂ ਕੀਰਤਨ ਹੋ ਰਿਹਾ ਕੀ ਮੈਨੇ ਰੱਖਦਾ, ਕਿਉਂਕਿ ਸਰੋਤਾ ਤਾਂ ਸੁੱਤਾ ਪਿਆ, ਜਿਹਨੇ ਸੁਣਨਾ ਹੈ ਉਹ ਤਾਂ ਸੁੱਤਾ ਪਿਆ। ਪਾਠ ਹੋ ਰਿਹਾ, ਹੋ ਰਿਹਾ, ਜਿਹਨੇ ਸੁਣਨਾ ਉਹ ਤਾਂ ਸੁੱਤਾ ਪਿਆ। ਪਾਠ ਮਨੁੱਖ ਕਰ ਰਿਹਾ, ਠੀਕ ਜ਼ਬਾਨ ਕਰ ਰਹੀ ਹੈ, ਜ਼ਬਾਨ ਵਕਤਾ ਬਣ ਗਈ ਹੈ, ਮਨ ਸਰੋਤਾ ਨਹੀਂ ਬਣਦਾ।
ਜ਼ਬਾਨ ਵਕਤਾ ਬਣੇ, ਮਨ ਸਰੋਤਾ ਬਣੇ। ਸਰਵਨਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਜ਼ਬਾਨ ਇਹ ਰਸਨਾ ਗੀਤ ਗਾਵੇ ਔਰ ਕੰਨਾਂ ਰਾਹੀਂ ਮਨ ਸੁਣੇ। ਮਨ ਨਹੀਂ ਸੁਣਦਾ ਤੇ ਜਦ ਸੁਣਦਾ ਹੀ ਨਹੀਂ ਤੇ ਫਿਰ ਜਾਗੇ ਕਿਸ ਤਰ੍ਹਾਂ? ਤੇ ਸੁਣਦਾ ਕਿਉਂ ਨਹੀਂ? ਗਹਿਰੀ ਨਿੰਦਰਾ ਵਿੱਚ ਹੈ, ਅਚੇਤ ਹੈ। ਮੈਂ ਇੱਕ ਦਫਾ ਦੁਹਰਾਵਾਂ, ਪੱਥਰ ਪੂਰੇ ਅਚੇਤ ਨੇ। ਪੱਥਰ ਪੂਰਾ ਸੁੱਤਾ ਹੋਇਆ। ਇਹ ਜਿਹੜੀ ਬਨਸਪਤੀ ਹੈ ਇਹ ਸਿਰਫ 2% ਜਾਗੀ ਹੈ, 2%, 2%। ਜਿਹੜੇ ਪਸ਼ੂ ਨੇ, ਪੰਛੀ ਨੇ, ਇਹ 4% ਤੋਂ ਲੈ ਕੇ 5% ਜਾਗੇ ਨੇ। ਮਨੁੱਖ 8% ਤੋਂ ਲੈ ਕੇ 10% ਔਰ 10% ਵੀ ਉਹ ਜੋ ਦਾਰਸ਼ਨਿਕ ਨੇ, ਫਿਲੋਸਫਰ ਨੇ, ਚਿੰਤਕ ਨੇ, ਸਾਇੰਟਿਸਟ ਨੇ, ਕਲਾਕਾਰ ਨੇ, ਉਹ ਆਮ ਤੇ 8%, 7% ਬਸ ਇਤਨਾ ਹੀ। ਜੀਵਨ ਦੀ 90% ਸ਼ਕਤੀ ਸੁੱਤੀ ਪਈ ਹੈ, 90%। ਤੇ ਜਿੰਨੇ ਚਿਰ ਤੱਕ ਮਨ ਪੂਰਾ ਜਾਗੇ ਨਾ ਤੇ ਉਸ ਜਾਗਦੀ ਜੋਤ ਦਾ ਪਤਾ ਨਹੀਂ ਚੱਲਦਾ। ਤੇ ਖਾਲਸਾ ਉਹ ਹੀ ਹੈ ਕੌਮ ਜੋ ਜਾਗਦੀ ਜੋਤ ਦੇ ਤਲ ਤੇ ਜੀ ਰਿਹਾ। ਮਨ ਉਸਦਾ ਮਿਟ ਗਿਆ, ਹੁਣ ਜਾਗਦੀ ਜੋਤ। ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨੇ ਖਾਲਸ ਜਾਣੇ। ਉਹਨੂੰ ਖਾਲਸਾ ਕਰਕੇ ਜਾਣੇ, ਸ਼ੁੱਧ ਕਰਕੇ ਜਾਣੇ, ਪਾਵਨ ਕਰਕੇ ਜਾਣੇ ਜੋ ਪਰਮ ਜੋਤ ਦੇ ਤਲ ਤੇ ਜੀ ਰਿਹਾ। ਹੁਣ ਇਸ ਪ੍ਰਕਰਨ ਨੂੰ ਮੈਂ ਪੂਰਾ ਕਰਾਂ ਕਿ ਕੱਲ੍ਹ ਤੋਂ ਕੁਛ ਹੋਰ ਵਿਚਾਰਾਂ ਤੁਹਾਡੇ ਸਾਹਮਣੇ ਮੈਂ ਰੱਖਾਂ। ਜਾਗੀਏ ਕਿਵੇਂ? ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈ ਕਨਾਨ। ਜਾਗਦੀ ਜੋਤ ਦਾ ਜਪ ਕਰੇ। ਜਪ ਕਿਸੇ ਵਿਅਕਤੀ ਦਾ ਨਾ, ਉਸ ਪਰਮ ਸ਼ਕਤੀ ਦਾ। ਉਸ ਪਰਮ ਸ਼ਕਤੀ ਨੂੰ ਗੁਰੂ ਨਾਨਕ ਨੇ ਨਾਮ ਦਿੱਤਾ ਹੈ ਵਾਹਿਗੁਰੂ। ਤੂੰ ਆਸ਼ਚਰਜ ਹੈ, ਤੂੰ ਅੰਧੇਰੇ ਨੂੰ ਦੂਰ ਕਰਕੇ ਚਾਨਣਾ ਕਰ ਦਿੰਦਾ, ਤੂੰ ਪ੍ਰਕਾਸ਼ ਹੈ। ਪਰਮਾਤਮਾ ਪ੍ਰਕਾਸ਼ ਹੈ, ਸ਼ਬਦ ਪ੍ਰਕਾਸ਼ ਹੈ। ਫਰਕ ਸਿਰਫ ਇਤਨਾ ਹੈ ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ। ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਵਿਆਪਕ ਹੈ ਪ੍ਰਕਾਸ਼, ਵਿਆਪਕ ਹੈ ਸ਼ਬਦ। ਤਹਿ ਲੋਕਾਂ ਮੇ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਸ਼ਬਦ ਤਿੰਨ ਲੋਕਾਂ ਵਿੱਚ ਵਿਆਪਕ ਹੈ, ਪ੍ਰਕਾਸ਼ ਤਿੰਨ ਲੋਕਾਂ ਵਿੱਚ ਵਿਆਪਕ ਹੈ। ਉਹ ਜੋ ਪ੍ਰਕਾਸ਼ ਕਰਕੇ ਵਿਆਪਕ ਹੈ ਉਹ ਪਰਮਾਤਮਾ ਹੈ। ਪਰਮਾਤਮਾ ਦੇ ਅਖਰੀ ਅਰਥ ਵੀ ਨੇ ਪਰਮ ਪ੍ਰਕਾਸ਼। ਔਰ ਜੋ ਸ਼ਬਦ ਕਰਕੇ ਵਿਆਪਕ ਹੈ ਉਹ ਗੁਰੂ ਹੈ। ਪ੍ਰਕਾਸ਼ ਤੋਂ ਸ਼ਬਦ ਹੋਇਆ, ਸ਼ਬਦ ਕਰਕੇ ਪ੍ਰਕਾਸ਼ ਹੁੰਦਾ ਹੈ। ਦਰ ਤੋਂ ਘਰ ਦਾ ਪਤਾ ਚੱਲਦਾ ਹੈ ਤੇ ਦਰ ਕਰਕੇ ਹੀ ਘਰ ਵਿੱਚ ਪ੍ਰਵੇਸ਼ ਮਿਲਦਾ ਹੈ। ਦਰ ਹੈ ਸ਼ਬਦ, ਘਰ ਹੈ ਪ੍ਰਕਾਸ਼। ਘਰ ਦੇ ਰੂਪ ਵਿੱਚ ਉਹ ਪਰਮਾਤਮਾ ਹੈ, ਦਰ ਦੇ ਰੂਪ ਵਿੱਚ ਉਹ ਗੁਰੂ ਹੈ। ਤੋ ਪਹਿਲੇ ਤੇ ਦਰ ਤੇ ਆਉਣਾ ਪੈਂਦਾ। ਤੁਸੀਂ ਗੁਰਦੁਆਰੇ ਆਇਓ, ਪਹਿਲੇ ਤੇ ਦਰਵਾਜ਼ੇ ਤੇ ਆਏ ਨਾ ਕਿ ਗੁਰੂ ਤੇ ਹੈ ਹੀ ਦੁਆਰਾ, ਦਰਵਾਜ਼ਾ। ਦੁਆਰ ਦਰਵਾਜ਼ੇ ਨੂੰ ਕਹਿੰਦੇ ਨੇ ਗੁਰੂ ਦੁਆਰਾ। ਸ਼ਬਦ ਗੁਰੂ ਹੈ ਤੇ ਸ਼ਬਦ ਦੁਆਰ ਹੈ, ਦਰਵਾਜ਼ਾ ਹੈ। ਇਹਦੇ ਰਾਹੀਂ ਲੰਘਣਾ ਹੋਵੇਗਾ।
ਪ੍ਰਕਾਸ਼ ਘਰ ਹੈ, ਸ਼ਬਦ ਦਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਉਹ ਪਰਮਾਤਮਾ ਹੈ, ਸ਼ਬਦ ਦੇ ਰੂਪ ਵਿੱਚ ਉਹ ਗੁਰੂ ਹੈ। ਇਸ ਨੂੰ ਇਸ ਤਰ੍ਹਾਂ ਸਮਝੋ, ਪਹਿਲੇ ਦਰ ਤੇ ਆਉਣਾ ਪਏਗਾ, ਫਿਰ ਘਰ ਤੇ। ਪਹਿਲੇ ਸ਼ਬਦ ਦਾ ਜਪ, ਹੁਣ ਪ੍ਰਕਾਸ਼ ਨਹੀਂ ਆਉਣ ਲੱਗਣਾ। ਪਹਿਲੇ ਮਨੁੱਖ ਸ਼ਬਦ ਤੱਕ ਆਵੇ, ਅਤੇ ਸ਼ਬਦ ਤੱਕ ਆਉਣਾ ਕੀ ਇਹ ਸ਼ਬਦ ਨੂੰ ਸੁਣਨਾ। ਇਹ ਸ਼ਬਦ ਤੱਕ ਆ ਗਿਆ, ਇਹ ਦਰ ਤੇ ਪਹੁੰਚ ਗਿਆ, ਜੇ ਦਰ ਤੇ ਪਹੁੰਚ ਗਿਆ ਤਾਂ ਘਰ ਤੱਕ ਪਹੁੰਚ ਗਿਆ, ਫਿਰ ਪ੍ਰਵੇਸ਼ ਕਰ ਜਾਏਗਾ। ਕਿਉਂਕਿ ਉਸਦਾ ਦਰ, ਭਗਤ ਕਬੀਰ ਕਹਿੰਦੇ, ਬੰਦ ਨਹੀਂ ਖੁੱਲ੍ਹਾ ਤੇ। ਜਹਿਂ ਦਰ ਆਵਤ ਜਾਤ ਹੋ, ਹਟਕੇ ਨਾਹੀ ਕੋਏ, ਸੋ ਦਰ ਕੈਸਾ ਛੋੜੀਏ, ਜੋ ਦਰ ਐਸਾ ਹੋਏ। ਉਸ ਦਰ ਨੂੰ ਮੈਂ ਕਿਵੇਂ ਛੋੜ ਦਿਆਂ ਜਿੱਥੇ ਕੋਈ ਰੋਕਦਾ ਹੀ ਨਹੀਂ। ਜੈਸੇ ਜੈਸੇ ਮਨੁੱਖ ਸੰਪੰਨ ਹੋਵੇ, ਸ਼ਕਤੀਸ਼ਾਲੀ ਹੋਵੇ, ਉਹਦੇ ਦਰਵਾਜ਼ੇ 'ਤੇ ਹਰ ਬੰਦਾ ਨਹੀਂ ਜਾ ਸਕਦਾ, ਔਰ ਉਸਦਾ ਦਰਵਾਜ਼ਾ ਹਰ ਵਕਤ ਖੁੱਲ੍ਹਾ ਵੀ ਨਹੀਂ ਹੁੰਦਾ। ਵੱਡੇ ਵੱਡੇ ਮਨੁੱਖਾਂ ਦੇ, ਸ਼ਕਤੀਸ਼ਾਲੀ ਮਨੁੱਖਾਂ ਦੇ ਦਰਵਾਜ਼ੇ ਬੰਦ ਹੁੰਦੇ ਨੇ, ਕਮਜ਼ੋਰਾਂ ਲਈ ਬੰਦ ਹੁੰਦੇ ਨੇ, ਔਰ ਉੱਥੇ ਕੋਈ ਪ੍ਰਵੇਸ਼ ਵੀ ਤਾਕਤਵਰ ਕਰਦਾ, ਹਰ ਇੱਕ ਦੀ ਪਹੁੰਚ ਵੀ ਕੋਈ। ਜਿਤਨਾ ਸੰਪੰਨ ਮਨੁੱਖ ਹੋਵੇਗਾ, ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਉਹਦਾ ਦਰਵਾਜ਼ਾ ਬੰਦ ਮਿਲੇਗਾ, ਸਿਕਿਉਰਿਟੀ ਗਾਰਡ ਵੀ ਖੜ੍ਹੇ ਹੋਣਗੇ, ਨਹੀਂ ਜਾਣ ਦੇਣਗੇ। ਪਰਮਾਤਮਾ ਸਰਵ ਸ਼ਕਤੀਵਾਨ, ਸਭ ਕੁਝ ਉਸੇ ਤੋਂ, ਪਰ ਕਬੀਰ ਕਹਿੰਦੇ ਨੇ ਉਹਦਾ ਦਰਵਾਜ਼ਾ ਖੁੱਲ੍ਹਾ ਹੈ, ਬੰਦ ਨਹੀਂ। ਦੂਸਰਾ, ਉਸਦੇ ਦਰਵਾਜ਼ੇ 'ਤੇ ਕੋਈ ਰੋਕਦਾ ਵੀ ਨਹੀਂ। ਜੈਂ ਦਰ ਆਵਤ ਜਾਤ ਹੋ, ਹਟਕੇ ਨਾਹੀ ਕੋਏ, ਕੋਈ ਰੋਕਦਾ ਹੀ ਨਹੀਂ। ਸੋ ਦਰ ਕੈਸਾ ਛੋੜੀਏ, ਜੋ ਦਰ ਐਸਾ ਹੋਏ। ਐਸਾ ਜੋ ਦਰ ਹੈ, ਮੈਂ ਕਿਸ ਤਰ੍ਹਾਂ ਛੋੜ ਦੇਵਾਂ, ਭਗਤ ਕਬੀਰ ਕਹਿੰਦੇ। ਪਰ ਦਰ ਘਰ ਕੀ ਸੋਜੀ ਨਹੀਂ, ਨਾ ਘਰ ਦਾ ਪਤਾ, ਨਾ ਦਰ ਦਾ ਪਤਾ। ਮਨੁੱਖ ਨੂੰ ਪਰਮਾਤਮਾ ਦੇ ਘਰ ਦਾ ਨਹੀਂ ਪਤਾ। ਘਰ ਕੀ ਹੈ ਪ੍ਰਕਾਸ਼, ਮਨੁੱਖ ਨੂੰ ਪਰਮਾਤਮਾ ਦੇ ਦਰ ਦਾ ਵੀ ਨਹੀਂ ਪਤਾ। ਦਰ ਕੀ ਹੈ ਸ਼ਬਦ, ਦਰ ਸ਼ਬਦ ਹੈ, ਘਰ ਪ੍ਰਕਾਸ਼ ਹੈ। ਸ਼ਬਦ ਮਹਾਰਸ ਹੈ, ਮਹਾ ਆਨੰਦ ਹੈ, ਪ੍ਰਕਾਸ਼ ਪਰਮ ਆਨੰਦ ਹੈ। ਸਾਰੇ ਦੁੱਖ ਮਿਟ ਜਾਂਦੇ ਨੇ, ਸਾਰੇ ਕਲੇਸ਼ ਮਿਟ ਜਾਂਦੇ ਨੇ। ਆਨੰਦ ਦੀ ਪ੍ਰਾਪਤੀ ਪਰਮਾਤਮਾ ਦੀ ਪ੍ਰਾਪਤੀ ਹੈ, ਮਹਾਰਸ ਦੀ ਪ੍ਰਾਪਤੀ ਪਰਮਾਤਮਾ ਦੀ ਪ੍ਰਾਪਤੀ ਹੈ। ਦੂਰ ਕਿਉਂ ਜਾਓ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਪਰਮਾਤਮਾ ਦੀ ਹੈ। ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜਿਹਦੇ 'ਚ ਮੌਤ ਨਾ ਹੋਵੇ, ਉਸ ਪਰਮ ਜੀਵਨ ਦਾ ਨਾਮ ਪਰਮਾਤਮਾ ਹੈ। ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੇ ਬੇਰਸੀ 'ਚ ਨਾ ਬਦਲੇ, ਉਸ ਪਰਮ ਰਸ ਦਾ ਨਾਮ ਪਰਮਾਤਮਾ ਹੈ। ਮਨੁੱਖ ਨੂੰ ਐਸੀ ਸ਼ਕਤੀ ਚਾਹੀਦੀ ਹੈ ਜੋ ਕਦੇ ਕਮਜ਼ੋਰੀ ਵਿੱਚ ਨਾ ਬਦਲੇ, ਉਸ ਪਰਮ ਸ਼ਕਤੀ ਦਾ ਨਾਮ ਪਰਮਾਤਮਾ ਹੈ। ਮਨੁੱਖ ਨੂੰ ਐਸਾ ਧਨ ਚਾਹੀਦਾ ਜੋ ਵਧਦਾ ਜਾਏ, ਵਧਦਾ ਜਾਏ, ਕਦੇ ਘਟੇ ਨਾ, ਉਸ ਪਰਮ ਧਨ ਦਾ ਨਾਮ ਪਰਮਾਤਮਾ ਹੈ। ਮਨੁੱਖ ਨੂੰ ਐਸੀ ਸਦਾ ਚਾਹੀਦੀ, ਐਸੀ ਤਾਕਤ ਚਾਹੀਦੀ ਜੋ ਕਦੇ ਕਮਜ਼ੋਰੀ 'ਚ ਨਾ ਬਦਲੇ, ਉਸ ਪਰਮ ਸਤਾ ਦਾ ਨਾਮ, ਉਸ ਪਰਮ ਪਦ ਦਾ ਨਾਮ ਪਰਮਾਤਮਾ ਹੈ। ਪ੍ਰਾਣਾਂ ਵਿੱਚ ਪਿਆਸ ਤੇ ਹੈ, ਪਰ ਕੀਤਾ ਕੀ ਜਾਏ। ਇਹ ਹੁਣ ਬੂਟਾ ਕਿੱਕਰ ਦਾ ਲਾ ਕੇ ਤੇ ਅੰਬ ਮੰਗਦਾ ਹੈ। ਭਗਤ ਬਾਬਾ ਫਰੀਦ ਨੇ ਬੜੀ ਕੀਮਤੀ ਗੱਲ ਕਹੀ, ਲੋੜੇ ਦਾਖ ਬਿਜੋਰੀਆਂ,
ਕਿੱਕਰ ਵੀ ਜੇ ਜੱਟ। ਗਲਤ ਥਾਂ ਤੋਂ ਸਹੀ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਧਨ ਗਲਤ ਹੋਵਨ ਮਰੋੜਤ ਦੀ ਪੂਰਤੀ ਨਹੀਂ ਆਉਂਦੀ। ਕੋਈ ਭੋਜਨ ਬਣਾਉਣਾ ਚਾਹੇ ਤੇ ਆਖੇ ਮੈਂ ਬਰਫ ਦੇ ਨਾਲ ਭੋਜਨ ਬਣਾਉਣਾ ਹੈ, ਭਾਂਡਿਆਂ ਦੇ ਥੱਲੇ ਬਰਫ ਰੱਖਦੇ ਹਾਂ ਤੇ ਦਾਲ ਵੀ ਬਣ ਜਾਏ, ਸਬਜ਼ੀ ਵੀ ਬਣ ਜਾਏ, ਸਾਧਨ ਗਲਤ ਹੈ, ਮਨੋਰਥ ਦੀ ਪੂਰਤੀ ਨਹੀਂ ਹੋਵੇਗੀ। ਗਲਤ ਸਾਧਨਾਂ ਦੇ ਨਾਲ ਮਨੋਰਥ ਦੀ ਪੂਰਤੀ ਨਹੀਂ ਹੁੰਦੀ। ਕਿਸੇ ਨੂੰ ਪਿਆਸ ਲੱਗੀ ਤੇ ਆਖੇ ਮੈਂ ਹੁਣ ਅੱਗ ਖਾ ਕੇ ਆਪਣੀ ਭੁੱਖ ਮਿਟਾਉਣਾ, ਆਪਣੀ ਪਿਆਸ ਮਿਟਾਉਣਾ, ਕਦੇ ਹੀ ਨਹੀਂ। ਮੂੰਹ ਜਲਾ ਬੈਠੇਗਾ, ਹੱਥ ਪੈਰ ਜਲਾ ਬੈਠੇਗਾ। ਗਲਤ ਸਾਧਨਾਂ ਨਾਲ ਮਨੋਰਥ ਦੀ ਪੂਰਤੀ ਨਹੀਂ ਹੁੰਦੀ। ਲੋੜੇ ਦਾਖ ਬਿਜੌਰੀਆਂ, ਆਪਦੀ ਗਿਆਤਰੀ ਅਰਜ਼ ਕਰਾਂ, ਬਿਜੌਰੀ ਇੱਕ ਇਲਾਕਾ ਹੈ, ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਜਗ੍ਹਾ ਹੈ ਬਲੋਚਿਸਤਾਨ। ਹੁਣ ਤੇ ਇਹ ਇਲਾਕਾ ਪਾਕਿਸਤਾਨ ਦੇ ਚ ਹੈ, ਬਲੋਚਿਸਤਾਨ ਇੱਕ ਇਲਾਕਾ ਹੈ, ਉੱਥੇ ਦੇ ਲੋਕਾਂ ਨੂੰ ਵੀ ਬਲੋਚੀ ਆਖਿਆ ਜਾਂਦਾ ਹੈ। ਉਹ ਲੋਕ ਫਾਰਸੀ ਬੋਲਦੇ ਨੇ, ਪਸ਼ਤੋ ਬੋਲਦੇ ਨੇ। ਉੱਥੋਂ ਦਾ ਅੰਗੂਰ ਕਿਸੇ ਜ਼ਮਾਨੇ 'ਚ ਹੁਣ ਵੀ ਸਾਰੀ ਦੁਨੀਆ 'ਚ ਮਸ਼ਹੂਰ ਹੈ। ਚਮਨ ਉੱਥੇ ਹੀ ਹੈ ਜਿੱਥੋਂ ਦਾ ਅੰਗੂਰ ਕਮ ਸੇ ਕਮ ਸੈਂਕੜੇ ਕਿਸਮਾਂ ਦਾ, ਔਰ ਦੁਨੀਆ ਦੇ ਕਿਸੇ ਕੋਨੇ 'ਚ ਇਤਨਾ ਮਿੱਠਾ ਅੰਗੂਰ ਨਹੀਂ ਆਉਂਦਾ, ਇਤਨਾ ਕੋਮਲ, ਇਤਨਾ ਰਸਦਾਇਕ ਜਿਹੜਾ ਉੱਥੇ ਆਉਂਦਾ ਹੈ। ਔਰ ਉਹਨਾਂ ਅੰਗੂਰਾਂ ਦੀ ਉੱਥੇ ਫਿਰ ਦਾਖ ਬਣਦੀ ਹੈ, ਕਿਸ਼ਮਿਸ਼। ਉਹ ਦਾਖ ਜਿਤਨੀ ਸਵਾਦਲੀ ਹੈ, ਦੁਨੀਆ ਦੇ ਕਿਸੇ ਕੋਨੇ 'ਚ ਇਤਨੀ ਸਵਾਦਲੀ ਦਾਖ ਨਹੀਂ ਆਉਂਦੀ। ਬਾਬਾ ਫਰੀਦ ਕਹਿੰਦੇ ਲੋੜੇ ਦਾਖ ਬਿਜੌਰੀਆਂ, ਬਿਜੌਰੀ ਦੀ ਦਾਖ ਚਾਹੀਦੀ ਹੈ। ਬਿਜੌਰੀ ਇਲਾਕਾ ਹੈ, ਕੋਈ ਇੰਝ ਕਹਿ ਲਓ 100 ਵਰਗ ਮੀਲ ਦਾ ਇਲਾਕਾ ਹੈ ਜਿਸ ਦੇ 'ਚ ਇਹ ਅੰਗੂਰ ਹੁੰਦਾ ਹੈ ਬਲੋਚਿਸਤਾਨ ਵਿੱਚ। ਬਿਜੌਰੀ ਇਲਾਕਾ ਉਹ ਜੋ ਹੁੰਦਾ ਬਧੇਰਾ ਹਰ ਪਾਸੇ, ਪਰ ਉਹ ਜਿਹੜਾ ਬਿਜੌਰੀ ਇਲਾਕਾ ਹੈ ਉਹ ਇਤਨਾ ਹੀ ਹੈ। ਉੱਥੋਂ ਦਾ ਅੰਗੂਰ ਬੜਾ ਮਸ਼ਹੂਰ, ਉੱਥੋਂ ਦੀ ਦਾਖ ਬੜੀ ਸਵਾਦਲੀ। ਬਾਬਾ ਫਰੀਦ ਕਹਿੰਦੇ ਨੇ ਮੰਗਦਾ ਬਿਜੌਰੀ ਦਾਖ ਹੈ। ਤੇ ਬਾਬੇ ਫਰੀਦ ਨੇ ਇਸ ਵਾਸਤੇ ਜ਼ਿਕਰ ਕੀਤਾ, ਬਾਬਾ ਫਰੀਦ ਖੁਦ ਉੱਥੋਂ ਆਏ ਸਨ, ਅਫਗਾਨਿਸਤਾਨ ਤੋਂ ਆਏ ਸਨ, ਬਲੋਚਿਸਤਾਨ ਤੋਂ ਰਹਿੰਦੇ ਹੋਏ ਲੰਘਦੇ ਹੋਏ ਫਿਰ ਮੁਲਤਾਨ ਪਹੁੰਚੇ ਨੇ। ਮੁਲਤਾਨ ਨੇੜੇ ਪੈ ਜਾਂਦਾ ਹੈ, ਇਹ ਸਾਰਾ ਇਲਾਕਾ ਪਾਕਿਸਤਾਨ ਦੇ ਚਲਾ ਗਏ। ਸ਼ਾਇਦ ਆਪ ਨੂੰ ਪਤਾ ਹੋਵੇ, ਗਾਲਬਨ 65% ਪੰਜਾਬ ਪਾਕਿਸਤਾਨ ਦੇ ਚਲਾ ਗਿਆ, ਸਿਰਫ 35% ਹਿੰਦੁਸਤਾਨ ਵਿੱਚ ਹੈ। ਜਿਹੜਾ ਪੰਜਾਬ ਸਾਡੇ ਕੋਲ ਹੈ ਸਿਰਫ 35%, ਬਾਕੀ ਤਾਂ ਸਾਰਾ ਪਾਕਿਸਤਾਨ ਦੇ ਚਲਾ ਗਿਆ। ਲਾਹੌਰ, ਗੁਜਰਾਤ, ਗੁਜਰਾਂਵਾਲਾ, ਲੈਲਪੁਰ, ਕੈਮਲਪੁਰ ਦਾ ਇਲਾਕਾ ਮੁਲਤਾਨ, ਔਰ ਇਸੇ ਤਰੀਕੇ ਨਾਲ ਇਹ ਰਾਵਲਪਿੰਡੀ, ਇਹ ਵੱਡੇ ਵੱਡੇ ਸ਼ਹਿਰ ਸਾਰੇ ਉੱਧਰ ਚਲੇ ਗਏ। ਔਰ ਫਿਰ ਅਖੀਰਲਾ ਟੁਕੜਾ ਫਰੰਟੀਅਰ ਦਾ ਇਲਾਕਾ ਬਲੋਚਿਸਤਾਨ, ਇੱਥੋਂ ਦੀ ਦਾਖ ਬੜੀ ਮਸ਼ਹੂਰ। ਦੇਸ਼ ਦੀ ਵੰਡ ਨਾਲ ਸਿੱਖ ਕੌਮ ਬੜੀ ਘਾਟੇ 'ਚ ਰਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ, ਕਰਾਮਾਤੀ ਅਸਥਾਨ ਪੰਜਾ ਸਾਹਿਬ ਜਾਂਦੇ ਰਹੇ, ਹੱਥੋਂ ਨਿਕਲ ਗਏ।
ਜਿੱਥੋਂ ਸਭ ਤੋਂ ਪਹਿਲੇ ਸੱਚ ਦੀ ਸਦਾ ਗੁਰੂ ਨਾਨਕ ਨੇ ਜਗਾਈ, ਉਹ ਅਸਥਾਨ ਨਹੀਂ ਹੈ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਬਾਬਾ ਫਰੀਦ ਨੂੰ ਇਸ ਇਲਾਕੇ ਦਾ ਪੂਰਾ ਬੋਧ, ਕਿਉਂਕਿ ਉਸ ਇਲਾਕੇ ਦੇ ਰਹਿਣ ਵਾਲੇ ਸਨ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੌਰੀਆਂ, ਦਾਖ ਚਾਹੀਦੀ ਹੈ ਬਿਜੌਰੀ ਦੀ, ਕਿਸ਼ਮਿਸ਼ ਚਾਹੀਦੀ ਹੈ ਬਿਜੌਰੀ ਦੀ, ਕਿੱਕਰ ਬੀਜੇ ਜੱਟ, ਤੇ ਜੱਟ ਬੀਜਦਾ ਕਿੱਕਰ ਹੈ, ਬੂਟਾ ਕਿੱਕਰ ਦਾ ਲਾਉਂਦਾ ਹੈ ਤੇ ਕਿੱਕਰ ਕੋਲੋਂ ਮੰਗਦਾ ਹੈ ਬਿਜੌਰੀ ਦਾਖ। ਗਲਤ ਸਾਧਨਾ ਦੇ ਨਾਲ ਮਨੋਰਥ ਦੀ ਪੂਰਤੀ ਨਹੀਂ ਹੁੰਦੀ। ਕਿੱਕਰ ਦਾ ਬੂਟਾ ਲਾਇਆ, ਅੰਗੂਰ ਨਹੀਂ ਮਿਲਣਗੇ, ਦਾਖ ਨਹੀਂ ਮਿਲੇਗਾ। ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਚਰਖੇ ਵਿੱਚ ਕੱਤਦਾ ਕੀ ਉਨ ਤੇ ਮੰਗਦਾ ਕੀ ਹੈ ਰੇਸ਼ਮ, ਇਹ ਨਹੀਂ ਹੋ ਸਕਦਾ। ਸਾਧਨ ਗਲਤ ਨੇ ਤੋ ਮਨੋਰਥ ਦੀ ਪ੍ਰਾਪਤੀ ਨਹੀਂ ਹੋਵੇਗੀ। ਮੈਨੂੰ ਰੇਸ਼ਮ ਚਾਹੀਦਾ ਤੋ ਮੈਨੂੰ ਰੇਸ਼ਮ ਕੱਤਣਾ ਪਏਗਾ, ਮੈਨੂੰ ਬਿਜੌਰੀ ਦਾਖ ਚਾਹੀਦੀ ਤੋ ਮੈਨੂੰ ਅੰਗੂਰ ਦਾ ਬੂਟਾ ਲੈਣਾ ਪਏਗਾ, ਕਿੱਕਰ ਵੇਚ ਕੇ ਮੈਂ ਦਾਖ ਨਹੀਂ ਪ੍ਰਾਪਤ ਕਰ ਸਕਦਾ। ਮਨੁੱਖ ਨੂੰ ਚਾਹੀਦਾ ਹੈ ਪਰਮ ਜੀਵਨ, ਪਰਮ ਧਨ, ਪਰਮ ਰਸ, ਪਰਮ ਆਨੰਦ, ਪਰਮ ਸ਼ਕਤੀ, ਲੇਕਿਨ ਪ੍ਰਾਪਤੀ ਦੇ ਸਾਧਨ ਮਨੁੱਖ ਦੇ ਗਲਤ ਨੇ, ਸਾਧਨ ਗਲਤ ਨੇ। ਅਤੇ ਜਿੰਨੇ ਚਿਰ ਤੱਕ ਸਾਧਨ ਗਲਤ ਨੇ, ਮਨੋਰਥ ਦੀ ਪ੍ਰਾਪਤੀ ਨਹੀਂ ਹੋਵੇਗੀ, ਨਹੀਂ ਹੋਵੇਗੀ। ਦੇਖਦੇ ਹਾਂ, ਚਾਹਤ ਤੇ ਮਨੁੱਖ ਦੀ ਐਸੇ ਜੀਵਨ ਦੀ ਹੈ ਜਿਹਦੇ ਚ ਮੌਤ ਨਾ ਹੋਵੇ, ਪਰਮ ਜੀਵਨ, ਪਰਮ ਰਸ, ਪਰਮ ਆਨੰਦ, ਪਰਮ ਸ਼ਕਤੀ, ਪਰਮ ਧਨ, ਇਹ ਚਾਹੀਦਾ ਹੈ। ਪਰ ਸਾਧਨ ਗਲਤ ਨੇ, ਤੇ ਜੇ ਸਾਧਨ ਗਲਤ ਨੇ ਤਾਂ ਫਿਰ ਮਨੋਰਥ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ? ਚਾਹੀਦਾ ਤੇ ਮਨੁੱਖ ਨੂੰ ਪਰਮ ਰਸ ਹੈ, ਪਰ ਪਰਮ ਰਸ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਜਾਗਤ ਜੋਤ ਜਪੈ ਨੇ ਸੁਭਾਸੁਰ, ਏਕ ਬਿਨਾ ਮਨ ਨੈ ਕਨਾਨ। ਜ਼ਬਾਨ ਇੱਕ ਹੈ, ਇੱਕ ਜ਼ਬਾਨ ਚ ਇੱਕ ਸ਼ਬਦ ਨਿਕਲੇ ਵਾਹਿਗੁਰੂ, ਵਾਹਿਗੁਰੂ ਮਨ ਗੁਫਾੜੇ ਸਰੋਤਾ ਤੇ ਹਜ਼ਾਰਾਂ ਟੁਕੜਾ ਚ, ਮਨ ਇੱਕ ਨਹੀਂ ਹੈ। ਉਚਾਰਨ ਕਰਨ ਵਾਲੀ ਜ਼ਬਾਨ ਇੱਕ, ਸੁਣਨ ਵਾਲਾ ਜਿਹੜਾ ਸਰੋਤਾ ਹੈ ਨਾ, ਉਹਦੇ ਹਜ਼ਾਰਾਂ ਟੁਕੜੇ ਨੇ। ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਕਿਧਰੇ ਗੁਰਦੁਆਰੇ ਹੁੰਦਾ ਹੈ, ਬਾਕੀ ਨਹੀਂ। ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਕਿਧਰੇ ਪਾਠ ਸੁਣਦਾ, ਬਾਕੀ ਨਹੀਂ। ਜ਼ਬਾਨ ਨੇ ਤੇ ਪੂਰਾ ਕਹਿ ਦਿੱਤਾ ਵਾਹਿਗੁਰੂ, ਮਨ ਇੱਕ ਨਹੀਂ ਹੈ, ਮਨ ਨਹੀਂ ਸੁਣਦਾ, ਬਹੁਤ ਕਿਧਰੇ ਛੋਟਾ ਵਾ। ਤੇ ਜਿੰਨੇ ਚਿਰ ਤੱਕ ਮਨ ਇੱਕ ਨਾ ਹੋਵੇ, ਏਕ ਬਿਨਾ ਮਨ ਨੈ ਕਨਾਨ, ਮਨ ਇੱਕ ਹੋਵੇ ਤੇ ਉਸ ਇੱਕ ਮਨ ਦੇ ਵਿੱਚ ਇੱਕ ਹੋਵੇ, ਇੱਕ ਸ਼ਬਦ ਹੋਵੇ, ਇੱਕੋ ਹੀ ਸ਼ਬਦ ਸੁਣਿਆ। ਇਹ ਧਿਆਨ ਸਾਧਨ ਹੈ, ਇਹ ਇਤਨਾ ਔਖਾ ਕੰਮ ਹੈ, ਹਿਮਾਲਿਆ ਦੀ ਉੱਚੀ ਚੋਟੀ ਤੇ ਚੜ ਜਾਣਾ ਆਸਾਨ ਹੈ, ਇਹ ਧਿਆਨ ਸਾਧਨਾ ਔਖੀ ਹੈ, ਕਠਿਨ ਹੈ, ਕਠਿਨ ਹੈ। ਮੈਂ ਅਕਸਰ ਅਰਜ਼ ਕਰਦਾ ਹੁੰਦਾ, 6 ਘੰਟੇ ਮਨੁੱਖ ਪਾਠ ਕਰ ਸਕਦਾ ਹੈ, 4 ਘੰਟੇ ਮਨੁੱਖ ਕਥਾ ਕਰ ਸਕਦਾ ਹੈ, ਸਾਰੀ ਸਾਰੀ ਰਾਤ ਲੋਕ ਕੀਰਤਨ ਕਰ ਸਕਦੇ ਨੇ, ਕਰਦੇ ਨੇ। ਇਹ ਧਿਆਨ ਸਾਧਨਾ 1 ਮਿੰਟ ਕਰਨੀ ਵੀ ਔਖੀ ਹੈ, 1 ਮਿੰਟ ਵੀ ਜ਼ਿਆਦਾ, 1 ਸੈਕਿੰਡ ਕਰਨੀ ਔਖੀ ਹੈ। ਪਰਮਾਤਮਾ ਮਿਲਦਾ 1 ਸੈਕਿੰਡ ਵਿੱਚ, 1 ਸੈਕਿੰਡ ਵਿੱਚ, 1 ਸੈਕਿੰਡ ਵਿੱਚ ਮੈਂ ਲੰਬੀ ਯਾਤਰਾ ਨਹੀਂ ਕਰ ਸਕਦਾ।
ਇੱਕ ਸੈਕਿੰਡ ਵਿੱਚ ਮੈਂ ਕੋਈ ਬਹੁਤ ਵੱਡਾ ਮਕਾਨ ਬਣਾਉਣਾ ਨਹੀਂ ਬਣਾ ਸਕਦਾ, ਇੱਕ ਸੈਕਿੰਡ ਵਿੱਚ ਮੈਂ ਕੋਈ ਬਹੁਤ ਵੱਡੀ ਵਿੱਦਿਆ ਪ੍ਰਾਪਤ ਕਰਨੀ ਹੈ ਨਹੀਂ ਕਰ ਸਕਦਾ, ਇੱਕ ਸੈਕਿੰਡ ਵਿੱਚ ਮਨੁੱਖ ਪਰਮਾਤਮਾ ਪ੍ਰਾਪਤ ਕਰ ਸਕਦਾ ਹੈ। ਇੱਕ ਚਿੱਤ ਜਾਂ ਇੱਕ ਛਿੰਨ ਦੇ ਆਇਓ ਕਾਲ ਫਾਸ ਕੇ ਬੀਚ ਨਾ, ਇੱਕ ਛਿੰਨ ਕੀ ਹੈ ਇੱਕ ਸੈਕਿੰਡ। ਤੇ ਤੁਸੀਂ ਆਖੋਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਕਹਿ ਰਹੇ ਨੇ ਕਿਆ ਸਹੀ ਹੈ, ਸ਼ੱਕ ਕਰਨ ਦੀ ਲੋੜ ਨਹੀਂ, ਪਰਮਾਤਮਾ ਇੱਕ ਸੈਕਿੰਡ ਵਿੱਚ ਮਿਲਦਾ, ਕੋਈ ਟਾਈਮ ਨਹੀਂ ਲੱਗਦਾ। ਇਹ ਵੀ ਮੈਂ ਅਰਜ਼ ਕਰਦਾ ਇੱਕ ਸੈਕਿੰਡ, ਇੱਕੋ ਦਫਾ ਵਾਹਿਗੁਰੂ ਆਖਦੇ ਹਾਂ ਵਾਹਿਗੁਰੂ ਦੀ ਪ੍ਰਾਪਤੀ ਹੈ। ਨਿਰਵਾਣ ਕੀਰਤਨ ਗਾਓ ਕਰ ਤੇਕਾ ਨਿਮਕ ਸਿਮਰਤ ਜਿਤ ਛੋਟੇ, ਨਿਮਕ ਇੱਕ ਸੈਕਿੰਡ, ਔਰ ਇੱਕ ਸੈਕਿੰਡ ਦੇ ਵਿੱਚ ਆਉਣਾ ਬੜਾ ਔਖਾ ਹੈ। ਕਿਸ ਤਰ੍ਹਾਂ ਆਈਏ, ਇਹ ਜਿਹੜਾ ਇੱਕ ਦਮ ਹੈ ਇੱਕ ਸੈਕਿੰਡ, ਜਿਹੜਾ ਅਸੀਂ ਇੱਕ ਦਮ ਲੈ ਲੈਂਦੇ ਹਾਂ ਨਾ ਇੱਕ ਸੈਕਿੰਡ, ਸਵਾਸ ਅੰਦਰ ਗਏ ਇੱਕ ਸੈਕਿੰਡ, ਸਵਾਸ ਬਾਹਰ ਆਏ ਇੱਕ ਸੈਕਿੰਡ, ਵਾਹਿਗੁਰੂ ਇੱਕ ਦਮ ਵਿੱਚ ਆਖਿਆ ਜਾਂਦਾ ਹੈ, ਇੱਕ ਸੈਕਿੰਡ ਦੇ ਵਿੱਚ। ਇੱਕ ਦਫਾ ਦਾ ਵਾਹਿਗੁਰੂ ਆਖਿਆ ਹੀ ਕਾਫੀ ਹੈ, ਇੱਕੋ ਹੀ ਦਫਾ। ਔਰ ਇਸ ਨੂੰ ਮੈਂ ਇੰਜ ਬਿਆਨ ਕਰਦਾ ਹੁੰਦਾ, ਥੋੜ੍ਹਾ ਜਿਹਾ ਧਿਆਨ ਨਾਲ ਸੁਣਨਾ ਹੈ ਤਾਂ ਮੈਨੂੰ ਨਹੀਂ ਪਤਾ ਗੱਲ ਬਰਦਾਸ਼ਤ ਕਰ ਲਓਗੇ ਕਿ ਨਹੀਂ। ਕਹਿ ਦਿਆਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟੇਗਾ, ਔਰ ਨਾ ਮਿਟਦਾ, ਨਹੀਂ ਮਿਟਦਾ, ਔਖੇ ਨਾ ਹੋਣਾ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਭੁੱਲੇਗਾ, ਔਰ ਨਹੀਂ ਭੁੱਲਣਾ। ਜਿਹੜੇ ਕਹਿੰਦੇ ਨੇ ਇੱਕ ਦਫਾ ਵਾਹਿਗੁਰੂ ਆਖੋ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟ ਜਾਣਗੇ, ਅੱਜ ਦੇ ਹੀ ਨਹੀਂ ਮਿਟੇ ਤਾਂ ਜਨਮਾਂ ਜਨਮਾਂਤਰਾਂ ਦੇ ਕਿੱਥੇ। ਯਥਾਰਥ ਨੂੰ ਲੈਣਾ ਚਾਹੀਦਾ, ਅੱਜ ਦੇ ਪਾਪ ਹੀ ਨਹੀਂ ਦੁਲੇ ਤੂੰ ਜਨਮਾਂ ਜਨਮਾਂਤਰਾਂ ਦੇ ਕਿੱਥੇ। ਹੁਣ ਧਿਆਨ ਨਾਲ ਸੁਣਨਾ, ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ ਇੱਕ ਦੁੱਖ ਵੀ ਨਹੀਂ ਮਿਟੇਗਾ, ਇੱਕ ਦਫਾ ਵਾਹਿਗੁਰੂ ਆਖਦੇ ਹਾਂ ਸਾਰੇ ਹੀ ਦੁੱਖ ਮਿਟ ਜਾਣਗੇ, ਸਾਰੇ ਹੀ ਮਿਟ ਜਾਣ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ ਇੱਕ ਪਾਪ ਵੀ ਨਹੀਂ ਭੁੱਲੇਗਾ, ਨਹੀਂ ਭੁੱਲੇਗਾ। ਇੱਕ ਦਫਾ ਵਾਹਿਗੁਰੂ ਆਖਦੇ ਹਾਂ ਕਰੋੜਾਂ ਪਾਪ ਧੁੱਲ ਜਾਣਗੇ, ਸਾਰੇ ਹੀ ਪਾਪ ਧੁੱਲ ਜਾਣਗੇ। ਬਸ਼ਰਤੇ ਇੱਕ ਦਫਾ ਕਹਿਣ ਦੀ ਜਾਚ ਆਵੇ, ਇੱਕ ਦਫਾ ਕਹਿਣ ਦੀ ਜਾਚ ਕੀ ਹੈ। ਜ਼ਬਾਨ ਨੇ ਇੱਧਰ ਵਾਹਿਗੁਰੂ ਆਖਿਆ ਹੈ ਔਰ ਮਨ ਨੇ ਇੱਕ ਹੋ ਕੇ ਸੁਣਿਆ, ਇੱਕ ਬਿਨਾ ਮਨ ਨੇ ਇੱਕ ਨਾ ਇੱਕ ਉਸੇ ਇੱਕ ਦੁਨ ਨੂੰ ਸੁਣਿਆ, ਇੱਕੋ ਹੀ ਦਫਾ ਦਾ ਆਖਿਆ ਕਾਫੀ ਹੈ। ਕਬੀਰ ਨੇ ਐਵੇਂ ਨਹੀਂ ਡਾਂਟਿਆ ਸੀ ਲੋਹੀ ਨੂੰ, ਤਿੰਨ ਦਫਾ ਰਾਮ ਕਹਿਲਾ ਕੇ ਤੂੰ ਕੋੜੀ ਦਾ ਕੋੜ ਦੂਰ ਕੀਤਾ, ਉਹ ਇੱਕ ਦਫਾ ਰਾਮ ਨਾਮ ਕਹਿ ਕੇ ਸਾਰੇ ਸ਼ਹਿਰ ਨੂੰ ਪਵਿੱਤਰ ਕੀਤਾ ਜਾ ਸਕਦਾ, ਇਹ ਤੂੰ ਰਾਮ ਨਾਮ ਦੀ ਤੋਹੀਨ ਕੀਤੀ ਹੈ, ਇੱਕੋ ਹੀ ਦਫਾ ਕਾਫੀ ਹੈ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ, ਜਾਚ ਆ ਜਾਏ ਬਸ ਇੰਨੀ ਗੱਲ। ਜਿਸ ਦਿਨ ਜਾਚ ਆਈ ਇੱਕੋ ਦਫਾ ਤੇ ਵਾਹਿਗੁਰੂ ਨਾਲ ਵਾਹਿਗੁਰੂ ਪ੍ਰਗਟ ਹੋਵੇਗਾ, ਇੱਕ ਦਫਾ। ਇੱਕ ਚਿੱਤ ਜੈ ਇੱਕ ਛਿੰਨ ਦੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ,
ਲੱਖਾਂ ਮਣ ਲੱਖਣ ਜਲਾਉਣ ਵਾਸਤੇ ਲੱਖਾਂ ਮਣ ਅੱਗ ਨਹੀਂ ਚਾਹੀਦੀ, ਇੱਕ ਚਿੰਗਾਰੀ ਚਾਹੀਦੀ ਹੈ, ਇੱਕੋ ਹੀ ਚਿੰਗਾਰੀ। ਲੱਖਾਂ ਮਣ ਲੱਕੜ ਜਲ ਕੇ ਭਸਮ ਖਾਕ, ਇੱਕ ਚਿੰਗਾਰੀ ਨਾਲ। ਕਰੋੜਾਂ ਜਨਮਾਂ ਦੇ ਪਾਪ ਮਿਟਾਉਣ ਵਾਸਤੇ ਕਰੋੜਾਂ ਦਫ਼ਾ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਲੋੜ ਨਹੀਂ, ਇੱਕੋ ਹੀ ਦਫ਼ਾ, ਇੱਕੋ ਹੀ ਦਫ਼ਾ। ਇੱਕ ਚਿੱਤ ਜੈ ਇੱਕ ਛਿੰਨ ਲਿਆ। ਗਾਲਬਨ 40-45 ਸਾਲ ਜੋ ਕਥਾ ਕਰਦੇ ਦਾਸ ਨੂੰ ਹੋਏ ਨੇ, ਮੇਰੇ ਅਨੁਭਵ 'ਚ ਆਈ ਇਹ ਗੱਲ। ਔਰ ਬਾਕੀ ਤਾਂ ਮੈਂ ਕੋਈ ਦਾਅਵੇ ਨਾਲ ਨਹੀਂ ਆਖਾਂਗਾ, ਜੋ ਕੋਈ ਤੁਹਾਨੂੰ ਕਿਹਾ ਸਹੀ ਹੈ ਕਿ ਪਰਮਾਤਮਾ ਜਾਣਦਾ, ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ, ਇੱਕੋ ਦਫ਼ਾ ਦੇ ਵਾਹਿਗੁਰੂ ਨਾਲ ਕਰੋੜਾਂ ਪਾਪ ਦੁੱਲ ਜਾਣਗੇ, ਇੱਕ ਦਫ਼ਾ ਕਰੋੜਾਂ ਦੁੱਖ ਮਿਟ ਜਾਣਗੇ, ਕਰੋੜਾਂ ਸੰਤਾਪ ਮਿਟ ਜਾਣਗੇ। ਪਰ ਕੀ ਕੀਤਾ ਜਾਏ, ਕਰੋੜ ਦਫ਼ਾ ਕਹਿਣ ਦੀ ਜਾਂਚ ਸਾਨੂੰ ਆਉਂਦੀ, ਇੱਕ ਦਫ਼ਾ ਕਹਿਣ ਦੀ ਜਾਂਚ ਨਹੀਂ ਆਉਂਦੀ, ਬਸ ਇੰਨੀ ਗੱਲ। ਜੇ ਜਾਂਚ ਨਹੀਂ ਆਈ ਤਾਂ ਕਹੀ ਜਾ, ਜਨਮਾਂ ਜਨਮਾਂਤਰਾਂ ਵੀ ਕਹੀ ਜਾ, ਕੁਛ ਵੀ ਨਹੀਂ ਹੋਏਗਾ, ਕੁਛ ਵੀ ਨਹੀਂ ਹੋਏਗਾ। ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਰੋਂਦੇ ਪਿੱਟਦੇ ਵੀ ਪਏ ਨੇ। ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਦੁਖੀ ਵੀ ਨੇ। ਵਾਹਿਗੁਰੂ ਵਾਹਿਗੁਰੂ ਵੀ ਕਰਦੇ ਪਏ, ਦੁਨੀਆਂ ਭਰ ਦਾ ਅਨਰਥ ਵੀ ਕਰੀ ਜਾਂਦੇ ਨੇ, ਕੁਛ ਵੀ ਨਹੀਂ, ਪਾਪ ਵੀ ਕਰੀ ਜਾਂਦੇ ਨੇ। ਨਾ ਪਾਪ ਦੁਲਦੇ ਨੇ, ਨਾ ਦੁੱਖ ਦੁਲਦੇ ਨੇ। ਕਾਰਨ ਜ਼ਬਾਨ ਵਕਤਾ ਬਣ ਜਾਂਦੀ ਹੈ, ਮਨ ਸਰੋਤਾ ਨਹੀਂ ਬਣਦਾ। ਮੈਂ ਉਚਾਰਨ ਕਰਾਂ, ਕੋਈ ਹੋਰ ਸੁਣੇ ਵਾਹਿਗੁਰੂ ਵਾਹਿਗੁਰੂ, ਨਹੀਂ, ਮੇਰਾ ਮਨ ਸੁਣੇ। ਉਚਾਰਨ ਕਰਨਾ ਸੌਖਾ ਹੈ, ਮਨ ਨਹੀਂ ਸੁਣਦਾ, ਨਹੀਂ ਸੁਣਦਾ, ਇਹ ਸਰੋਤਾ ਨਹੀਂ ਬਣਦਾ। ਇੱਕੋ ਹੀ ਦਫ਼ਾ ਵਾਹਿਗੁਰੂ ਕਹਿਣ ਨਾਲ ਕਰੋੜਾਂ ਪਾਪ ਮਿਟਦੇ ਨੇ, ਜੈਸੇ ਇੱਕ ਚਿੰਗਾਰੀ ਨਾਲ ਕਰੋੜਾਂ ਮਨ ਲੱਕੜ ਜਲ ਕੇ ਖਾਕ ਹੋ ਜਾਂਦੀ। ਲੱਖ ਮੜੀਆਂ ਕਰ ਇਕੱਠੇ, ਇੱਕ ਰਤੀ ਲੈ ਵਾਏ ਗੁਰੂ ਨਾਨਕ, ਇੱਕ ਰਤੀ ਚਿੰਗਾਰੇ ਕਰੋੜਾਂ ਮਨ ਲੱਕੜਾਂ ਨੂੰ ਜਲ ਕੇ ਖਾਕ ਕਰ ਦੇਗੀ। ਇਹ ਮੈਂ ਇਸ ਵਾਸਤੇ ਜ਼ੋਰ ਦੇ ਕੇ ਕਹਿ ਰਿਹਾ, ਜ਼ਿੰਦਗੀ ਇਸ ਤਰ੍ਹਾਂ ਨਾ ਗਵਾ ਛੱਡਿਓ। ਸੇਵਾ ਕਰ ਰਹੇ ਹੋ ਠੀਕ ਹੈ, ਕਥਾ ਕੀਰਤਨ ਸੁਣ ਰਹੇ ਹੋ ਠੀਕ ਹੈ, ਪਰ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਵੇਲੇ ਉੱਠ ਕੇ ਨਹੀਂ ਜੀ ਨਹੀਂ ਜਪ ਰਹੇ, ਕੁਛ ਵੀ ਠੀਕ ਨਹੀਂ, ਕੁਛ ਵੀ ਠੀਕ ਨਹੀਂ। ਹਰ ਅੰਮ੍ਰਿਤ ਵੇਲੇ ਵਰਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਠੇ ਨਾ। ਉਸ ਵਕਤ ਉੱਠ ਕੇ ਇਹ ਵਾਹਿਗੁਰੂ ਮੰਤਰ ਜਪਣਾ, ਭਾਵੇਂ ਕਰੋੜਾਂ ਦਫ਼ਾ ਜਪਣਾ ਪਏ, ਪਰ ਖੇਡ ਤੇ ਇੱਕ ਦਫ਼ਾ ਨਾਲ ਬਣੇਗੀ, ਇੱਕ ਛਿੰਨ ਦੇ ਚ ਬਣੇਗੀ। ਇੱਕ ਸੈਕਿੰਡ ਵਿੱਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ, ਨਹੀਂ ਬਣ ਸਕਦਾ। ਇੱਕ ਸੈਕਿੰਡ ਵਿੱਚ ਮੈਂ ਲੰਬੀ ਯਾਤਰਾ ਨਹੀਂ ਕਰ ਸਕਦਾ, ਹੋ ਨਹੀਂ ਸਕਦੀ। ਇੱਕ ਸੈਕਿੰਡ ਵਿੱਚ ਕੋਈ ਬਹੁਤ ਵੱਡੀ ਵਿੱਦਿਆ ਉਹਦੀਆਂ ਡਿਗਰੀਆਂ ਮੈਂ ਨਹੀਂ ਹਾਸਲ ਕਰ ਸਕਦਾ, ਸਮਾਂ ਲੱਗੇਗਾ, ਵਕਤ ਲੱਗੇਗਾ। ਇੱਕ ਸੈਕਿੰਡ ਵਿੱਚ ਮੈਂ ਪਰਮਾਤਮਾ ਪ੍ਰਾਪਤ ਕਰ ਸਕਦਾ, ਇੱਕ ਸੈਕਿੰਡ। ਇਹਨੂੰ ਕਿਧਰੇ ਅਤਕਥਨੀ ਨਾ ਕਰਨ, ਨਾ ਸਮਝ ਲੈਣਾ, ਤੇ ਕਿਧਰੇ ਬਹੁਤਾ ਸ਼ੱਕ ਨੂੰ ਵੀ ਜਨਮ ਨਾ ਦੇਣਾ। ਮੈਂ ਬਾਕੀ ਜੋ ਕੁਛ ਕਹਿੰਦਾ ਕੋਈ ਦਾਅਵਾ ਨਹੀਂ, ਪਰ ਇਸ ਗੱਲ ਬਾਰੇ ਦਾਅਵਾ ਹੈ, ਪ੍ਰਭੂ ਮਿਲੇਗਾ ਇੱਕ ਸੈਕਿੰਡ ਦੇ ਵਿੱਚ, ਇੱਕ ਸੈਕਿੰਡ ਦੇ ਵਿੱਚ। ਕੋਈ ਜਨਮਾਂ ਜਨਮਾਂਤਰਾਂ ਦੀ ਖੇਡ ਨਹੀਂ ਹੈ। ਬੜੀ ਭਾਰੀ ਨਿਰਾਸ਼ਾ ਹੋ ਜਾਂਦੀ ਹੈ,
ਉਹਨਾਂ ਕਥਨੀਆਂ ਤੋਂ ਬਈ ਕੋਈ ਗੱਲ ਨਹੀਂ, ਕਈ ਜਨਮ ਲੱਗਦੇ ਨੇ, ਇਹ ਜਨਮ ਰੋਂਦੇ ਪਿੜਦਿਆਂ ਗਵਾ ਛੱਡੀਏ, ਅਗਲੇ ਜਨਮ ਵਿੱਚ ਗੱਲ ਬਣੇ, ਉਸ ਜਨਮ ਵਿੱਚ ਗੱਲ ਬਣੇ, ਇਹ ਨਿਰਾਸ਼ਾ ਪੈਦਾ ਕਰਦੀ ਹੈ। ਨਹੀਂ, ਇੱਕ ਸੈਕਿੰਡ ਦੇ ਵਿੱਚ ਗੱਲ ਬਣਦੀ ਹੈ, ਇੱਕ ਸੈਕਿੰਡ ਦੇ ਵਿੱਚ, ਇੱਕ ਚਿੱਤ ਜੈ ਇੱਕ ਛਿਨ ਧਿਆਇਓ ਕਾਲ ਫਾਸ ਕੇ ਵੀਚ ਨਾ ਆਇਓ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਵਾਕ, ਨਿਰਵਾਣ ਕੀਰਤਨ ਗਾਵੋ ਕਰ ਤੇਕਾ ਨਿਮਕ ਸਿਮਰਤ ਜਿਤ ਛੂਟੇ। ਨਿਮਕ ਇੱਕ ਸੈਕਿੰਡ, ਇਹ ਜੋ ਨਿਮਕ ਹੈ, ਇਹ ਜੋ ਸੈਕਿੰਡ ਹੈ, ਫਕੀਰ ਲੋਕ, ਭਗਤ ਲੋਕ, ਸੰਤ ਲੋਕ ਨੇ ਕਿ ਅੱਜ ਦਾ ਸਾਰਾ ਦਿਨ, ਅੱਜ ਤੋਂ ਮੁਰਾਦ ਇਹ ਨੇ ਕਿ ਅੱਜ ਦੀ ਸਾਰੀ ਰਾਤ, ਅੱਜ ਤੋਂ ਮੁਰਾਦ ਇੱਕਦਮ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂਜਣੀਆਂ ਮਨੋ ਮਚਿੰਦਣੀਆਂ। ਆਜ ਮਿਲਾਵੇ ਤੋਂ ਅੱਜ ਦਾ ਦਿਨ ਲੈ ਲਈਏ, ਆਜ ਮਿਲਾਵਾ, ਅੱਜ ਮਿਲਾਵਾ ਲੈ, ਭਾਵ ਇੱਕ ਸੈਕਿੰਡ ਵਿੱਚ ਲੈ। ਭਗਤਾਂ ਦੀ ਦੁਨੀਆਂ 'ਚ ਅੱਜ ਕੀ ਹੈ? ਇੱਕ ਸੈਕਿੰਡ, ਕਿਉਂਕਿ ਇੱਕ ਸੈਕਿੰਡ ਹੀ ਸਾਡੇ ਕੋਲ ਹੈ, ਬਾਕੀ ਹੈ ਨਹੀਂ। ਜਿਹੜਾ ਦਮ ਮੂੰਹ ਦੇ 'ਚ ਇੱਕ ਸੈਕਿੰਡ, ਜਿਹੜਾ ਦਮ ਆਇਆ ਨਹੀਂ ਮੇਰੇ ਕੋਲ ਨਹੀਂ, ਜਿਹੜਾ ਦਮ ਚਲਾ ਗਿਆ ਮੇਰੇ ਕੋਲ ਨਹੀਂ, ਜਿਹੜਾ ਦਮ ਮੇਰੇ ਮੂੰਹ 'ਚ ਹੈ ਉਹੀ ਹੈ। ਔਰ ਇਸੇ ਮੂੰਹ ਦੇ ਦਮ ਨਾਲ ਮੈਨੂੰ ਪ੍ਰਭੂ ਮਿਲ ਸਕਦਾ ਹੈ, ਇਸੇ ਇੱਕ ਦਮ ਨਾਲ। ਕਿਸ ਤਰ੍ਹਾਂ? ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਇਸੇ ਇੱਕ ਦਮ ਵਿੱਚ ਕਿਤੇ ਟਿਕ ਜਾ, ਹੁਣ ਟਿਕਾਓ ਕਰਕੇ ਦੇਖਣਾ, ਨਹੀਂ ਟਿਕਦਾ ਹੁਣ। ਇੱਕ ਬਿਨਾ ਮਨ ਨੈਕ ਨਾਨ, ਦੂਜਾ ਮਨ ਵਿੱਚ ਨਾ ਹੋਵੇ, ਉਹ ਜੋ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਉਸੇ ਨੂੰ ਸੁਣੇ। ਕਠਿਨ ਹੈ ਕੰਮ, ਇਤਨਾ ਔਖਾ ਕੰਮ ਹੈ। ਹਿਮਾਲਿਆ ਦੀ ਚੋਟੀ ਤੇ ਪਹੁੰਚ ਜਾਣਾ ਆਸਾਨ ਹੈ, ਦੁਨੀਆਂ ਦੀਆਂ ਸਾਰੀਆਂ ਸ਼ਕਤੀਆਂ ਪ੍ਰਾਪਤ ਕਰ ਲੈਣਾ ਆਸਾਨ ਹੈ। ਮੈਂ ਇਸ ਕਰਾਂ, ਮਨ ਨੂੰ ਇੱਕ ਸੈਕਿੰਡ ਵਿੱਚ ਲੈਣਾ ਔਖਾ ਹੈ, ਇੱਕ ਦਮ ਵਿੱਚ ਲੈਣਾ ਔਖਾ ਹੈ। ਮਨ ਚਲਾ ਜਾਂਦਾ ਹੈ, ਬਹੁਤ ਲੰਬਾ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ, ਆਉਣ ਵਾਲੇ ਕੱਲ ਦੀ ਚਿੰਤਾ ਵਿੱਚ। ਮਨੁੱਖ ਜਿੱਥੇ ਬੈਠਾ ਹੋਵੇਗਾ, ਜਾਂ ਚਿੰਤਾ ਦੇ ਬੋਝ ਥੱਲੇ ਦਬਿਆ ਹੋਇਆ ਬੈਠਾ ਹੋਵੇਗਾ, ਜਾਂ ਯਾਦਾਂ ਦੇ ਭਾਰ ਦੇ ਥੱਲੇ ਦਬਿਆ ਹੋਇਆ ਬੈਠੇਗਾ, ਔਰ ਕੀ ਮੱਥਾ ਦੱਸਦਾ, ਚਿਹਰਾ ਦੱਸਦਾ, ਇਹਦੀਆਂ ਅੱਖਾਂ ਦੱਸਦੀਆਂ ਪਈਆਂ ਨੇ, ਜਾਂ ਤੇ ਗੁਜ਼ਰੀਆਂ ਹੋਈਆਂ ਯਾਦਾਂ ਦਾ ਬੋਝ ਇਸਦੇ ਸਿਰ ਹੈ, ਝੁਕਿਆ ਪਿਆ ਸਿਰ, ਝੁਕੀ ਪਈ ਹੈ ਕਮਰ, ਡਿੱਗਦਾ ਜਾ ਰਿਹਾ। ਜਾਂ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਨੇ, ਉਹਦਾ ਸਿਰ ਤੇ ਬੋਝ ਹੈ, ਤੇ ਹੁਣ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਦੇ ਬੋਝ ਦੇ ਥੱਲੇ ਜਿਹੜਾ ਮਨ ਦਬਿਆ ਪਿਆ, ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਥੱਲੇ ਜਿਹੜਾ ਮਨ ਦਬਿਆ ਪਿਆ, ਕਿੱਥੇ ਸੁਣੇ, ਕਿਵੇਂ ਸੁਣੇ? ਜ਼ਬਾਨ ਮੇਰੀ ਹੁਣ ਕਹਿ ਰਹੀ ਹੈ ਵਾਹਿਗੁਰੂ, ਇੱਕ ਦਫ਼ਾ ਤਾਂ ਵਾਹਿਗੁਰੂ ਕਿਹਾ ਹੋਇਆ ਬੇਕਾਰ ਚਲਾ ਜਾਂਦਾ? ਨਹੀਂ, ਇੱਕ ਦਫ਼ਾ ਦਾ ਵਾਹਿਗੁਰੂ ਆਖਿਆ ਹੋਇਆ ਕਰੋੜਾਂ ਜਨਮਾਂ ਦੇ ਪਾਪ ਧੋ ਦਿੰਦਾ, ਕਰੋੜਾਂ ਜਨਮਾਂ ਦੇ ਦੁੱਖ ਮਿਟਾ ਦਿੰਦਾ। ਇਹ ਗੱਲ ਮੇਰੀ ਸਮਝ ਵਿੱਚ ਆਈ ਹੈ, ਦੁੱਖ ਨਹੀਂ ਮਿਟਿਆ ਤਾਂ ਇਸ ਵਾਸਤੇ ਨਹੀਂ ਮਿਟਿਆ, ਇੱਕ ਦਮ ਵਿੱਚ ਆਉਣਾ ਬੜਾ ਔਖਾ। ਜ਼ਬਾਨ ਵਕਤਾ ਬਣ ਜਾਂਦੀ, ਮਨ ਸਰੋਤਾ ਨਹੀਂ ਬਣਦਾ। ਮੈਨੂੰ ਅਜੇ ਤੱਕ ਸਫਲਤਾ ਨਹੀਂ ਮਿਲੀ, ਮੈਂ ਆਪਣੇ ਢੰਗ ਨਾਲ, ਇਹਨੂੰ ਮੈਨੂੰ ਕੋਈ ਫੋਕੀ ਨਿਰਮਾਣਤਾ ਨਾ ਸਮਝ ਲੈਣਾ, ਮੈਂ ਵਿਅਰਥ ਦੀ ਨਿਰਮਾਣਤਾ ਦੇ ਹੱਕ ਵਿੱਚ ਨਹੀਂ ਪਖੰਡ ਆਉਂਦਾ।
ਇਹਦੀ ਮੈਂ ਕੋਸ਼ਿਸ਼ ਕੀਤੀ ਹੈ ਔਰ ਕਰ ਰਿਹਾ, ਲੇਕਿਨ ਇੱਕ ਸੈਕਿੰਡ ਵਿੱਚ ਆਉਣਾ ਬੜਾ ਔਖਾ। ਅਤੇ ਜਿੰਨੇ ਚਿਰ ਤੱਕ ਇੱਕ ਸੈਕਿੰਡ ਵਿੱਚ ਬੰਦਾ ਆਇਆ ਨਹੀਂ, ਇੱਕ ਦਮ ਵਿੱਚ ਬੰਦਾ ਆਇਆ ਨਹੀਂ, ਰੱਬ ਕਿੱਥੇ? ਅਤੇ ਜੇ ਪਰਮਾਤਮਾ ਨਹੀਂ ਤਾਂ ਸਿੱਖੀ ਕਿੱਥੇ? ਖਾਲਸਾ ਕਿੱਥੇ? ਇਹ ਭਗਤ ਕਿੱਥੇ? ਇਹ ਤਾਂ ਸਭ ਗੱਲਾਂ ਹੀ ਗੱਲਾਂ ਹੋ ਗਈਆਂ। ਔਖਾ ਹੈ ਕੰਮ, ਚਾਰ ਚਾਰ ਦੇਣੀ ਸੌਖੀ ਹੈ, ਸਾਰੀ ਸਾਰੀ ਰਾਤ ਕੀਰਤਨ ਕਰ ਲੈਣਾ ਸੌਖਾ ਹੈ, ਅੱਠ ਅੱਠ ਘੰਟੇ ਸੇਵਾ ਕਰ ਲੈਣੀ ਸੌਖੀ ਹੈ, ਅੱਠ ਅੱਠ ਘੰਟੇ ਪਾਠ ਕਰ ਲੈਣਾ ਸੌਖਾ ਹੈ, ਇੱਕ ਸੈਕਿੰਡ ਵਿੱਚ ਆਉਣਾ ਬੜਾ ਔਖਾ ਹੈ। ਇੱਕ ਚਿੱਤ ਜਾਏ ਇੱਕ ਛਿਨ ਲਿਆ ਆਇਓ, ਕਾਲ ਫਾਸ ਕੇ ਵੇਚ ਨਾ ਆਇਓ, ਇੱਕ ਸੈਕਿੰਡ ਵਿੱਚ ਆ ਸਕੀਏ ਤੇ ਵਿਧੀ ਵਿਧਾਨ ਕੀ ਕਰੀਏ ਫਿਰ? ਕਿਸ ਨੂੰ ਜਿਵੇਂ ਖੋਲਿਆ ਮੇਰੇ ਪਾਤਸ਼ਾਹ ਨੇ, ਮੈਂ ਕੱਲ ਅਰਜ਼ ਕਰਾਂਗਾ। ਵੈਸੇ ਮੇਰੀ ਕੋਸ਼ਿਸ਼ ਸੀ ਕੱਲ ਤੋਂ ਕੋਈ ਹੋਰ ਪ੍ਰਕਰਣ ਆਰੰਭ ਕਰੀਏ, ਪਰ ਨਹੀਂ, ਇਹ ਵਿਸ਼ਾ ਪੂਰੀ ਤੌਰ ਤੇ ਸਮਝ ਵਿੱਚ ਆ ਜਾਏ। ਇੱਕ ਚੇਤ ਜਾਏ ਇੱਕ ਛਿਨ ਲਿਆ ਆਇਓ, ਨਿਰਵਾਣ ਕੀਰਤਨ ਕਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ, ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ। ਇੱਕ ਦਮ ਵਿੱਚ ਕਿਤੇ ਟਿਕ ਜਾਓ, ਕੌਣ ਟਿਕੇ? ਮਨ ਟਿਕ ਜਾਏ ਇੱਕ ਦਮ ਵਿੱਚ, ਤੇ ਸਾਰੇ ਮੰਤਰ ਇੱਕ ਦਮ ਵਿੱਚ ਉਚਾਰਨ ਹੋ ਜਾਂਦੇ ਨੇ। ਓਮ ਇੱਕ ਦਮ ਵਿੱਚ ਉਚਾਰਨ ਹੋ ਗਿਆ, ਰਾਮ ਇੱਕ ਦਮ ਵਿੱਚ ਉਚਾਰਨ ਹੋ ਗਿਆ, ਅੱਲਾਹੂ ਇੱਕ ਦਮ ਵਿੱਚ ਉਚਾਰਨ ਹੋ ਗਿਆ, ਵਾਹਿਗੁਰੂ ਇੱਕ ਦਮ ਵਿੱਚ ਉਚਾਰਨ ਹੋ ਗਿਆ, ਸਾਰੇ ਮਹਾਂਮੰਤਰ ਇੱਕ ਦਮ ਵਿੱਚ ਉਚਾਰਨ ਹੋ ਗਏ, ਦੂਜੇ ਦਮ ਦੀ ਲੋੜ ਨਹੀਂ ਹੈ। ਇੱਕ ਦਮ, ਇੱਕ ਦਫਾ ਦਾ ਅੱਲਾਹੂ ਅੱਲਾਹੂ ਨੂੰ ਪ੍ਰਗਟ ਕਰ ਦੇਗਾ, ਇੱਕ ਦਫਾ ਦਾ ਰਾਮ ਰਾਮ ਨੂੰ ਪ੍ਰਗਟ ਕਰ ਦੇਗਾ, ਇੱਕ ਦਫਾ ਦਾ ਵਾਹਿਗੁਰੂ ਵਾਹਿਗੁਰੂ ਨੂੰ ਪ੍ਰਗਟ ਕਰ ਦੇਗਾ। ਅਤੇ ਵਾਹਿਗੁਰੂ ਪ੍ਰਗਟ ਹੋ ਗਿਆ ਤੇ ਦੁੱਖ ਕਰਦੇ, ਸੰਤਾਪ ਕਰਦੇ, ਪਾਪ ਕਰਦੇ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਪਰਮਾਤਮਾ ਘਰ ਵਿੱਚ ਆ ਗਏ। ਇਹ ਪਾਪ ਇਹ ਦੁੱਖ ਸੰਤਾਪ ਨਸੋ ਜਾਓ, ਹੁਣ ਤੁਹਾਡਾ ਕੀ ਕੰਮ? ਸੂਰਜ ਪ੍ਰਗਟ ਹੋ ਗਿਆ, ਹੁਣ ਹਨੇਰੇ ਦਾ ਕੀ ਕੰਮ? ਪਰਮਾਤਮਾ ਪ੍ਰਗਟ ਹੋ ਗਿਆ, ਹੁਣ ਪਾਪਾਂ ਦਾ ਕੀ ਕੰਮ ਤੇ ਦੁੱਖਾਂ ਦਾ ਕੀ ਕੰਮ? ਬੜੀ ਕੀਮਤੀ ਪੰਕਤੀ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਦੂਤੇ ਦਹਿਨ ਬਾਇਆ ਗੋਬਿੰਦ ਪ੍ਰਗਟ ਆਇਆ, ਗੋਬਿੰਦ ਪ੍ਰਗਟ ਹੋ ਗਿਆ, ਪ੍ਰਭੂ ਪ੍ਰਗਟ ਹੋ ਗਿਆ, ਹੁਣ ਇਹਨਾਂ ਵਿਕਾਰਾਂ ਦਾ ਕੀ ਕੰਮ? ਹੁਣ ਦੁੱਖ ਸੰਤਾਪ ਦਾ ਕੀ ਕੰਮ? ਜਾਓ, ਹਨੇਰਾ ਮੌਜੂਦ ਹੈ ਤਾਂ ਸੂਰਜ ਨਹੀਂ ਚੜਿਆ, ਦੁੱਖ ਮੌਜੂਦ ਹੈ ਤਾਂ ਮਨ ਸ਼ਬਦ ਨਾਲ ਨਹੀਂ ਜੁੜਿਆ, ਮਨ ਸਰੋਤਾ ਨਹੀਂ ਬਣਿਆ। ਤੇ ਆਪਦੀ ਗਿਆਤ ਲਈ ਅਰਜ਼ ਕਰਾਂ, ਚਿੰਤਾ ਮਨ ਦੇ ਚਾਹੁੰਦੀ ਹੈ, ਸੋਗ ਮਨ ਦੇ ਚਾਹੁੰਦਾ ਹੈ, ਸੰਤਾਪ ਮਨ ਦੇ ਚਾਹੁੰਦਾ ਹੈ, ਬੇਚੈਨੀ ਮਨ ਦੇ ਚਾਹੁੰਦੀ ਹੈ, ਬੁਰੇ ਵਿਚਾਰ ਮਨ ਦੇ ਚਾਹੁੰਦੇ ਨੇ, ਬੁਰੇ ਖਿਆਲ ਮਨ ਦੇ ਚਾਹੁੰਦੇ ਨੇ, ਬੁਰੇ ਯਾਦਾਂ ਮਨ ਦੇ ਚਾਹੁੰਦੀਆਂ ਨੇ, ਇਹ ਮਾਨਸਿਕ ਰੋਗ ਹੈ। ਤੇ ਮਨ ਜਦ ਇਹਨਾਂ ਰੋਗਾਂ ਨਾਲ ਬਹੁਤ ਭਰ ਜਾਏ, ਬਹੁਤ ਭਰ ਜਾਏ ਤੇ ਰੋਗਾਂ ਦਾ ਭਾਰ ਨਾ ਚੁੱਕ ਸਕੇ, ਉਹ ਫਿਰ ਤਨ ਨੂੰ ਵੇਚ ਦਿੰਦਾ ਹੈ। ਇਸ ਵਾਸਤੇ 80% ਰੋਗ ਮਾਨਸਿਕ ਨੇ, ਸਰੀਰਕ ਨਹੀਂ ਨੇ, ਇਸ ਚੱਕਰ 'ਚ ਨਾ ਪੈਣਾ। ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ, ਔਸ਼ਧੀਆਂ, ਹੋਰ ਸਾਰੇ ਉਪਰਾਲੇ ਜੇ ਮਨੁੱਖ ਨੂੰ ਠੀਕ ਨਾ ਕਰਨ, ਇਹ ਸਰੀਰਕ ਰੋਗ ਨਹੀਂ ਹੈ, ਮਾਨਸਿਕ ਹੈ। ਸਿਰਫ 10% ਰੋਗ ਆਹਾਰਕ ਨੇ, ਖਾਣ ਪੀਣ ਦੀ ਬਦਪਰੇਸੀ ਤੋਂ ਪੈਦਾ ਹੁੰਦੇ ਨੇ।
ਦਸਵੀਂ ਸਦੀ ਰੋਗ ਕਰਮ ਰੋਗ ਨੇ, ਉਹ ਨਹੀਂ ਠੀਕ ਹੋਣਗੇ, ਉਹਨਾਂ ਵਿੱਚ ਜੀਵਣਾ ਪਏਗਾ। ਉਸ ਦੁੱਖ ਤੋਂ ਮਨੁੱਖ ਉੱਚਾ ਉੱਠ ਸਕਦਾ ਹੈ ਨਾਮ ਜਪ ਕੇ। 80% ਰੋਗ ਮਾਨਸਿਕ ਨੇ, ਮਨ ਵਿੱਚ ਹਰ ਵਕਤ ਵਿਕਾਰ, ਮਨ ਹਰ ਵਕਤ ਬੁਰਾ ਸੋਚ ਰਿਹਾ ਹੈ, ਬੁਰਾ ਸੋਚਦਿਆਂ ਸੋਚਦਿਆਂ, ਬੁਰੇ ਵਿਚਾਰ ਚੱਲਦਿਆਂ ਚੱਲਦਿਆਂ, ਬੁਰੀਆਂ ਯਾਦਾਂ ਚੱਲਦੀਆਂ ਚੱਲਦੀਆਂ, ਮਨ ਇਤਨਾ ਬੋਝਲ ਹੋ ਜਾਂਦਾ ਹੈ, ਬਾਹਰ ਥੱਲੇ ਦਬ ਜਾਂਦਾ ਹੈ, ਉਹ ਰੋਗ ਭੇਜ ਦਿੰਦਾ ਹੈ ਤਨ। 80% ਰੋਗ ਮਾਨਸਿਕ ਨੇ। ਇਸ ਵਾਸਤੇ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ। ਜ਼ਬਾਨ ਉਚਾਰਨ ਕਰੇ ਵਾਹਿਗੁਰੂ, ਮਨ ਸੁਣੇ, ਇੱਕੋ ਦਫ਼ਾ ਦਾ ਵਾਹਿਗੁਰੂ ਕਰੋੜਾਂ ਪਾਪਾਂ ਨੂੰ ਮਿਟਾ ਦੇਗਾ। ਇੱਕ ਦਫ਼ਾ ਦਾ ਵਾਹਿਗੁਰੂ ਆਖਿਆ ਹੋਇਆ ਕਰੋੜਾਂ ਦੁੱਖ ਮਿਟਾ ਦੇਗਾ। ਇੱਕੋ ਦਫ਼ਾ ਦਾ ਵਾਹਿਗੁਰੂ ਆਖਿਆ ਹੋਇਆ ਵਾਹਿਗੁਰੂ ਨੂੰ ਪ੍ਰਗਟ ਕਰ ਦੇਗਾ। ਇੱਕ ਚਿੱਤ ਜੈ ਇੱਕ ਚਿੰਨ ਦਿਆ, ਇੱਕ ਚਿੰਨ ਕੀ ਹੈ, ਇੱਕ ਸੈਕਿੰਡ, ਇੱਕ ਸੈਕਿੰਡ ਦੀ ਤੋਂ ਇੱਕੋ ਹੀ ਦਫ਼ਾ ਵਾਹਿਗੁਰੂ ਕਹਿ ਸਕਦੇ ਹਾਂ, ਔਰ ਇੱਕ ਸੈਕਿੰਡ ਇੱਕ ਦਮ ਹੈ, ਇੱਕ ਦਮ ਵਿੱਚ ਟਿਕਣਾ ਹੈ। ਟੁੱਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ, ਸਵੇਰੇ ਅਭਿਆਸ ਕਰਕੇ ਦੇਖ ਲੈਣਾ, ਨਹੀਂ ਟਿਕੇਗਾ ਮਨ, ਨਹੀਂ ਟਿਕਦਾ। ਅਗਰ ਇੱਕ ਦਮ ਵਿੱਚ ਕਿਸੇ ਦਾ ਮਨ ਟਿਕ ਜਾਏ, ਉਹ ਅੱਜ ਦੇ ਯੁੱਗ ਦਾ ਪ੍ਰਹਿਲਾਦ ਹੈ, ਉਹ ਅੱਜ ਦੇ ਯੁੱਗ ਦਾ ਧਰੁਵ ਭਗਤ ਹੈ, ਉਹ ਅੱਜ ਦੇ ਯੁੱਗ ਦਾ ਭਾਈ ਗੁਰਦਾਸ ਹੈ। ਇੱਕ ਦਮ ਵਿੱਚ ਅਗਰ ਕੋਈ ਟਿਕ ਜਾਏ ਤਾਂ ਅੱਜ ਦੇ ਯੁੱਗ ਦਾ ਮਨੀ ਸਿੰਘ ਹੈ, ਉਹ ਤੇ ਬਾਬਾ ਦੀਪ ਸਿੰਘ ਹੈ। ਇੱਕ ਦਮ ਦੇ ਵਿੱਚ ਕੋਈ ਟਿਕ ਜਾਏ ਉੱਥੇ ਫਿਰ ਬਾਬਾ ਅਤਰ ਸਿੰਘ ਹੈ, ਇੰਝ ਕਹਿ ਲਓ, ਉੱਥੇ ਫਿਰ ਅਕਾਲੀ ਕੌਰ ਸਿੰਘ ਹੋ ਗਿਆ, ਥੋੜ੍ਹੀ ਗੱਲ ਨਹੀਂ, ਉੱਥੇ ਸੰਤ ਹੋ ਗਿਆ, ਉੱਥੇ ਪਰਮਾਤਮਾ ਦਾ ਰੂਪ ਹੋ ਗਿਆ, ਸੰਤ ਕਹਦਾ ਪਰਮਾਤਮਾ ਦਾ ਰੂਪ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਏ ਹੈ, ਕੋਈ ਨਾ ਸਕੇ ਪਛਾਣੀ। ਕਬੀਰ ਕਹਿੰਦੇ ਨੇ ਕਬੀਰ ਹੀ ਰਾਮ ਹੋ ਗਿਆ, ਗੱਲ ਖਤਮ ਹੋ ਗਈ, ਬੋਂਦ ਹੀ ਸਾਗਰ ਹੋ ਗਈ। ਹੁਣ ਮੈਂ ਪਰਮਾਤਮਾ ਨੂੰ ਨਹੀਂ ਲੱਭਦਾ, ਪਰਮਾਤਮਾ ਮੈਨੂੰ ਲੱਭਦਾ, ਭਾਵ ਹੁਣ ਸੰਸਾਰ ਮੇਰੀ ਤਲਾਸ਼ ਕਰਦਾ, ਮੇਰੇ ਪਿੱਛੇ ਚੱਲਦਾ। ਕਬੀਰ ਮਨ ਨਿਰਮਲ ਪਾਇਆ, ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫੇਰੇ, ਕਹਿਤ ਕਬੀਰ ਕਬੀਰ। ਇਸ ਨੂੰ ਉਰਦੂ ਦਾ ਸ਼ਾਇਰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦਾ, ਲਮਕਾਵਾਂ ਨਾ। ਭਾਗਤੀ ਫਿਰਤੀ ਥੀ ਦੁਨੀਆ, ਜਬ ਤਲਬ ਕਰਤੇ ਤੇ ਹਮ, ਅਬ ਜੋ ਨਫ਼ਰਤ ਹਮਨੇ ਕੀ, ਬੋ ਬੇਕਰਾਰਾ ਨੇ ਕੋਹੇ। ਮੈਂ ਭਜਦਾ ਸੀ ਸੰਸਾਰ ਦੇ ਪਿੱਛੇ, ਪਿੱਠ ਕੀਤੀ ਹੋਈ ਹੈ ਨਿਰੰਕਾਰ ਦੀ ਤਰਫ਼। ਜਿਸ ਦਿਨ ਦਾ ਮੈਂ ਮੂੰਹ ਪਰਮਾਤਮਾ ਦੀ ਤਰਫ ਕੀਤਾ, ਸਾਰਾ ਸੰਸਾਰ ਮੇਰੀ ਤਰਫ ਭੱਜ ਰਿਹਾ ਹੈ। ਪਹਿਲੇ ਮੈਂ ਉਸ ਦੀ ਤਰਫ ਵੱਜਦਾ ਸੀ, ਹੱਥ ਦੇ ਚ ਨਹੀਂ ਆਉਂਦੀ ਸੀ, ਇਹ ਦੁਨੀਆ ਹੱਥ ਦੇ ਚ ਨਹੀਂ ਆਉਂਦੀ ਸੀ। ਭਾਗਤੀ ਫਿਰ ਥੀ ਤੀ ਦੁਨੀਆ, ਜਬ ਤਲਬ ਕਰਤੇ ਤੇ ਹਮ, ਅਬ ਜੋ ਨਫ਼ਰਤ ਹਮਨੇ ਕੀ, ਵੋ ਬੇਕਰਾਰਾ ਨੇ ਕੋ ਹੈ। ਜਿਸ ਦਿਨ ਦਾ ਮੈਂ ਮੂੰਹ ਮੋੜਿਆ ਤੇ ਮੂੰਹ ਖੁਦਾ ਦੀ ਤਰਫ ਕੀਤਾ, ਇਹ ਫਕੀਰ ਕਹਿੰਦਾ ਸਾਰਾ ਸੰਸਾਰ ਮੇਰੇ ਕਦਮਾਂ ਚ ਆ ਗਏ, ਸਾਰੀ ਦੁਨੀਆ ਮੇਰੀ ਚੋਰੀ ਚ ਆ ਗਈ। ਪਰ ਜਦ ਮੈਂ ਦੁਨੀਆ ਦੀ ਤਰਫ ਵੱਜਦਾ ਸੀ, ਦੁਨੀਆ ਮੇਰੇ ਹੱਥਾਂ ਤੋਂ ਦੂਰ ਜਾਂਦੀ ਸੀ, ਮੇਰੇ ਹੱਥਾਂ 'ਚ ਹੀ ਨਹੀਂ ਆਉਂਦੀ ਸੀ। ਪਰ ਜਿਸ ਦਿਨ ਦਾ ਮੈਂ ਮੂੰਹ ਮੋੜਿਆ ਤੇ ਮੂੰਹ ਕੀਤਾ ਇਹ ਪਰਮਾਤਮਾ ਦੀ ਤਰਫ, ਸਾਰੀ ਦੁਨੀਆ ਕਦਮਾਂ 'ਚ ਆ ਗਈ, ਸਾਰਾ ਸੰਸਾਰ ਮੇਰੇ ਪਿੱਛੇ ਪਿਆ ਵੱਜਦਾ। ਭਗਤ ਕਬੀਰ ਇਹੀ ਕਹਿ ਰਹੇ ਨੇ, ਕਬੀਰ ਮਨ ਨਿਰਮਲ ਭਾਇਆ, ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਕਬੀਰ ਕਹਿੰਦੇ ਮੈਂ ਹਰੀ ਹਰੀ ਕਰਨਾ ਛੱਡ ਦਿੱਤਾ,
ਹੁਣ ਸੰਸਾਰ ਕਬੀਰ ਕਬੀਰ ਕਰੀ ਜਾਂਦਾ, ਧਨ ਕਬੀਰ ਧਨ ਕਬੀਰ ਕਰੀ ਜਾਂਦਾ। ਕਬੀਰ ਮਹਾਨ ਹੈ, ਧਨ ਹੈ, ਕਿਉਂ? ਰਾਮ ਕਬੀਰ ਹੈ ਵੇਦ ਨਾ ਵਾਈ। ਹੁਣ ਕਬੀਰ ਅਤੇ ਰਾਮ ਵਿੱਚ ਵੇਦ ਨਹੀਂ ਰਹਿ ਗਿਆ, ਹੁਣ ਸੰਤ ਰਾਮ ਮੈਂ ਵੇਦ ਨਾ ਵਾਈ। ਸੰਤ ਰਾਮ ਹੈ ਏਕ, ਹੁਣ ਤਾਂ ਐਸਾ ਹੋ ਗਿਆ। ਹੁਣ ਭਗਤ ਦੇ ਦਰਸ਼ਨ ਭਗਵਾਨ ਦੇ ਦਰਸ਼ਨ ਨੇ, ਹੁਣ ਭਗਵਾਨ ਦੇ ਦਰਸ਼ਨ ਭਗਤ ਦੇ ਦਰਸ਼ਨ ਨੇ। ਹੁਣ ਬੂੰਦ ਸਾਗਰ ਹੋ ਗਈ, ਹੁਣ ਬੂੰਦ ਦੇ ਦਰਸ਼ਨ ਵੀ ਸਾਗਰ ਦੇ ਦਰਸ਼ਨ ਨੇ, ਕਿਉਂਕਿ ਸਾਗਰ ਦੇ ਚਲੀਨ ਹੋ ਗਈ ਹੈ। ਸੂਰਜ ਕਿਰਨ ਮਿਲੇ ਜਲ ਕਾ, ਜਲ ਹੋਵਾ ਰਾਮ ਜੋਤੀ ਜੋਤ ਰੜੀ, ਸੰਪੂਰਨ ਥਿਆ ਰਾਮ। ਇਸ ਦਾ ਖੁਲਾਸਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਵੇਂ ਕਰਦੇ ਨੇ, ਏਕ ਬਿਨਾ ਮਨ ਨਾਇਕ ਨਾ ਨੇ, ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਫਿਰ ਇਸ ਤੋਂ ਅੱਗੇ ਕੁਛ ਹੋਰ ਪ੍ਰਕਰਨ, ਤਾਂ ਕਿ ਧਰਮ ਦੀ ਹੋਰ ਜਾਣਕਾਰੀ ਵੀ ਸਾਡੀ ਝੋਲੀ 'ਚ ਪੈ ਸਕੇ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਬੋਲ ਚੁੱਕ ਦੀ ਸ਼ਮਾ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।